ਅੰਸ਼ ਚ ਮਨੀ ਲੈ ਕੇ ਆਇਆ, ਅੰਸ਼ ਚ ਖੋਲ ਬਾਈ, ਪਹਿਲਾਂ ਅੰਸ਼ ਚ ਮਨੀ ਲੈ ਕੇ ਆਇਆ। ਗੁੱਡ ਮੋਰਨਿੰਗ ਜੀ, ਗੁੱਡ ਗੁੱਡ ਮੋਰਨਿੰਗ। ਬਰਾਈਡਲ ਵਾਸਤੇ, ਵਿਆਹ ਸ਼ਾਦੀਆਂ ਵਾਸਤੇ ਕਿੰਨਾ ਸੋਹਣਾ ਪੂਰਾ ਫਰੰਟ ਜਾਲ ਚੁਮਕੀ ਬਣੀ ਆ ਘੇਰੇ ਦੇ, ਚੁਮਕੀ ਬਣੀ ਆ ਘੇਰੇ ਦੇ, ਫਰੰਟ ਪੂਰਾ ਜਾਲ ਹੈਂਡਵਰਕ ਦੇ ਨਾਲ, ਤੇ ਦੁਪੱਟਾ ਪੂਰਾ ਹੈਵੀ, ਤੇ ਪ੍ਰਾਈਜ ਦਵਾਂਗੇ ਤੁਹਾਨੂੰ 2,626 ਰੁਪਏ ਦਾ ਭਾਜੀ, 2,626 ਰੁਪਏ ਦੇ ਵਿੱਚ। ਚੈੱਕ ਕਰਿਓ ਰੇਟ, 2,626, 3,850 ਰੁਪਏ ਵਾਲਾ 2,626 ਦੇ ਵਿੱਚ ਘੇਰਾ, ਫਰੰਟ ਜਾਲ ਤੇ ਰੰਗ ਠਾਠਾ ਮਾਰ ਦੇ ਕਰਿਓ, ਕਰਕੇ ਆਇਓ ਕਰਨ ਵਾਲਾ ਭਾਜੀ, ਕਰਿਓ ਬੜੇ ਜਿਹੜੇ ਕਰਨ ਵਾਲਾ ਮਾੜਾ ਮੋਟਾ ਜਿਹਾ ਨਾ ਕਰਿਓ, ਉਹ ਪੇਟੀਆਂ ਪੁੱਟੀਆਂ ਸਾਡੇ ਨਾਲ ਕਰ ਲਵਾ ਲਓ। ਜਾਮਨੀ ਕਲਰ, ਔਰੇਂਜ ਕਲਰ, ਰੈਸਟ ਕਲਰ, ਮਹਿਰੂਨ ਕਲਰ, ਫਰੋਜ਼ੀ ਰਾਮਾ ਗ੍ਰੀਨ ਕਲਰ, ਡਬਲ ਡਬਲ ਲੈਣੇ, ਡਬਲ ਡਬਲ ਲੈ ਲਓ। ਆ ਲਓ ਇੱਕ ਹੋਰ ਗਾਜਰੀ ਆ ਗਿਆ, ਬਾਕੀ ਰੰਗ ਲਾ ਦਿਓ, ਡਬਲ ਦਿਖਾ ਦਿਓ ਬਸ। ਆ ਲਓ ਡਬਲ ਤੇ ਡਬਲ ਰੇਟ, ਸਿਰਫ ਤੇ ਸਿਰਫ 2,626 ਰੁਪਏ। ਆ ਲਓ ਚੈੱਕ ਕਰੋ, ਮਿਲਦਾ ਹੀ ਰੇਟ, ਮਿਲਦਾ ਹੀ ਰੇਟ ਤੁਹਾਨੂੰ ਦੇ ਦੇਣਾ 2,666 ਰੁਪਏ ਚ। 2,666 ਮਿਲਦਾ ਹੀ ਰੇਟ। ਰੰਗ ਇੱਕ ਦੋ ਦਾ ਸਾਰੇ ਰੰਗ ਸੋਹਣੇ ਆ, ਇੱਧਰ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ, ਦੱਸਿਓ ਤੁਹਾਨੂੰ ਰੰਗ ਕਿਹੜਾ ਸੋਹਣਾ ਲੱਗਾ ਇਹਨਾਂ ਚੋਂ, ਰੰਗ ਦੱਸੋ ਕਿਹੜਾ ਜ਼ਿਆਦਾ ਸੋਹਣਾ ਲੱਗਾ। ਆ ਹੁਣ ਇੱਕ ਹੋਰ ਖੋਲ ਦਿੰਦੇ, ਆ ਵੀ ਖੋਲੋ, ਰੰਗ ਦੱਸੋ ਕੋਈ ਮਾੜਾ ਰੰਗ ਹੈਗਾ ਇਹਨਾਂ ਚੋਂ, ਤੇ ਮੇਨ ਗੱਲ ਜਿਹੜੀ ਰਹਿ ਗਈ ਭਾਈ ਨੇ ਓਪਨ ਨੀ ਕਰਾਇਆ, ਜਿਹੜੀ ਮੇਨ ਗੱਲ ਆ ਉਹ ਆ ਵੀ ਦਿਖਾਨੇ ਆ। ਆ ਗਿਆ ਫਰੰਟ ਜਾਲ, ਕੋਈ ਵੀ ਕਮੀ ਨੀ, ਜਮੀਨ ਐਨ ਕੋਤੀ ਫੜ ਕੇ ਕਾਰੀਗਰ ਨੇ, 2,666 ਰੁਪਏ ਦੇ ਵਿੱਚ ਘੇਰਾ ਭਾਈ, ਦੁਪੱਟਾ ਖੋਲੋ ਇਹਦਾ ਵੀ, ਆ ਦੇਖੋ ਚਮ ਚਮਾਉਂਦਾ ਦੁਪੱਟਾ, ਪੂਰਾ ਫਰੰਟ ਹੈਵੀ, ਦੁਪੱਟਾ ਪੂਰਾ ਜਾਲ। ਹੁਣ ਆ ਜਾਓ ਭਾਜੀ ਬੋਟਮ ਵੱਲਾਂ, ਆ ਖਾਓ ਜੀ ਬੋਟਮ ਤੇ ਵਰਕ, ਬਾਜੂ ਤੇ, ਹਾਂਜੀ ਮੈਂ ਕਹਿੰਦਾ ਬਾਜੂ ਦਿਖਾਈ ਨੀ ਆਪਾਂ, ਲੈ ਗਏ ਬਾਜੂ ਤੇ ਬੋਟਮ ਵੀ ਦਿਖਾਓ ਭਾਜੀ, ਬੋਟਮ ਵੀ ਦਿਖਾਓ। ਆ ਲਓ ਬੋਟਮ ਦੇ ਪਹੁੰਚਿਆ ਤੇ ਵੀ ਆ ਗਿਆ, ਬੋਟਮ ਦੇ ਪਹੁੰਚੇ ਤੇ ਬਾਜੂ, ਚਲੋ ਹੁਣ ਕਰ ਦਿੱਤਾ ਫਰੰਟ ਜਾਲ ਦੁਪੱਟਾ ਹੈਵੀ, 2,666 ਬਰਾਈਡਲ ਸੂਟ ਆ ਗਿਆ, ਆ ਗਿਆ, ਆ ਗਿਆ। ਰੰਗ ਦੱਸਿਓ ਕਿਹੜਾ ਜ਼ਿਆਦਾ ਸੋਹਣਾ ਦਾ, ਭਾਈ ਸ਼ਾ ਗਿਆ, ਚੈੱਕ ਕਰਿਓ ਨੀ, ਇਹ ਫੋਟੋ ਗਲਤ ਲੱਗੀ ਆ, ਫਰੰਟ ਪੂਰਾ ਜਾਲ ਭਾਈ, ਪਹਿਲਾਂ ਸੂਟ ਫੜੋ ਸਿੱਧਾ ਸਿੱਧਾ, ਇਹ ਆ ਦੇਖੋ ਚੈੱਕ ਕਰੋ, ਗਲਾ ਪੂਰਾ ਹੈਂਡਵਰਕ ਦੇ ਨਾਲ ਲੱਤ ਪੱਤ ਕੀਤਾ ਪਿਆ, ਡਿਜ਼ਾਈਨਰ ਵੀ ਮੋਰ ਨੇ ਵੀ ਪੈਲ ਪਾਤੀ ਜੀ, ਦੇਖ ਕੇ ਉਹ ਤੋਂ ਬਾਅਦ ਚਿੜੀਆਂ ਵੀ ਹੈਗੀਆਂ, ਚਿੜੀਆਂ ਤੋਦੇ, ਆ ਪਿੰਜਰਾ ਵੀ ਬਣਿਆ, ਪਿੰਜਰਾ ਬਹੁਤ ਸੋਹਣਾ ਆਰਟੀਕਲ ਆ ਜੀ,
ਵਰਕ ਬੜਾ ਸ਼ਾਨਦਾਰ, ਬੋਡੀ ਵਰਕ ਉੱਪਰ ਗਲਾ ਭਾਜਣਾ ਆਨੀ ਚ ਬੋਡੀ ਵਰਕ ਆਇਆ, ਪੀਸ ਅਲਟੀਮੇਟ ਲੱਗਣਾ ਪਾਇਆ। ਹੁਣ ਦਿਖਾਓ ਭਾਜੀ ਇਹਦੇ ਬਾਜੂ ਹੈਗੇ ਕਿ ਨਹੀਂ? ਬਾਜੂ ਹੋਰ ਵੀ ਓਏ ਹੋਏ, ਬਾਜੂ ਬੋਟਮ ਵੀ ਆਲ ਬੋਟਮ ਤੇ ਬਾਜੂ ਤੇ, ਚਲੋ ਜੀ ਬਾਹਾਂ ਬੋਟਮ ਤੇ ਹੁਣ ਆਇਆ ਦੁਪੱਟਾ, ਚਮ 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 ਕਰਦਾ ਜੀ, ਚਨੂਨ ਦਾ ਦੁਪੱਟਾ ਪੂਰਾ ਹੈਵੀ ਫੋਰ ਸਾਈਡ ਬੋਰਡਰ ਦੇ ਨਾਲ ਤੇ ਪ੍ਰਾਈਜ਼ ਦਵਾਂਗੇ 2777 ਰੁਪਏ ਦੇ ਵਿਚ, 2777 ਰੁਪਏ ਲੱਭ ਲੋ ਲੱਭਣਾ ਦੀ ਇੱਕ ਰੰਗ ਆਇਆ ਫੋਟੋ ਆਇਆ ਫੋਟੋ ਫੋਟੋ ਗਲਤ ਲਾਤੀ ਜੀ ਆਇਆ ਫੋਟੋ ਬੋਟਮ ਤੇ ਵੀ ਆ ਗਿਆ ਬਾਜੂ ਤੇ ਵੀ ਆ ਗਿਆ, ਏਡੀ ਤੁਹਾਡੇ ਪਾਇਆ ਸੋਹਣਾ ਲੱਗਣਾ ਮਹਿਰੂਨ ਕਲਰ ਉਹ ਭਾਜੀ ਰੰਗ ਕਿੰਨਾ ਸੋਹਣਾ, ਮਹਿੰਦੀ ਕੌਫੀ ਏਦਾਂ ਰੰਗ ਨਹੀਂ ਵੀ ਲੱਭਣੇ, ਪੈਰਟ ਕਲਰ ਵੀ ਬਣਾਇਆ ਜੀ, ਪੈਰਟ ਕਲਰ ਪੈਰਟ ਵੀ ਆਊਗਾ ਮੈਨੂੰ ਲੱਗਦਾ, ਰੈਡ ਵੀ ਆ ਗਿਆ, ਰੈਡ ਭਾਜੀ ਫਲੋਰ ਆ ਗਿਆ, ਪੈਰਟ ਮਾਲਟਾ ਔਰੇਂਜ ਵੀ ਹੈਗਾ ਭਾਜੀ ਇਹਦੇ ਵਿੱਚ, ਮਾਲਟਾ ਔਰੇਂਜ ਵੀ ਹੈਗਾ ਵੀ ਮਿਲੂਗਾ ਭਾਜੀ, ਡਬਲ ਆ ਗਿਆ ਕਿੰਨਾ ਸੋਹਣਾ ਕਲਰ ਤੇ ਪ੍ਰਾਈਜ਼ 2777 ਪੀਸ ਬਣ ਕੇ ਆਏ ਆ ਭਾਜੀ, 20 ਨੀ ਹੈਗੇ, 3 3 6 2 8 9 10 11 12 13 14 15 ਪੀਸ ਹੈਗੇ ਆ, ਬਾਕੀ ਅੰਦਰੋਂ ਵੀ ਨਿਕਲ ਜਾਣੇ ਆ, ਚਲੋ ਜੀ ਅਗਲਾ 2777 ਰੁਪਏ ਦੇ ਵਿਚ ਅਮਨੀ ਭੇਜੀ ਸਲਾਈ ਬਸ ਸਲਵਾਰ ਇਹੀ ਭੇਜੀ ਬਸ ਸਲਵਾਰ ਕੱਢੀ ਹੋਈ ਫੁੱਲ ਪਟਿਆਲਾ ਭਾਜੀ, ਆ ਬਲੈਕ ਹੋਲੀ ਮਰੀ ਲੋਂਗ ਮੇਰੇ ਭਾਜੀ, ਆ ਚੱਕ ਦੇ ਤੇ ਯਾਰ ਭਾਜੀ, ਕਲਰ ਬਲੈਕ ਹੋਲੀ ਹੋ ਭਾਜੀ, ਬਲੈਕ 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 ਹੀ ਹੁੰਦੀ ਭਾਜੀ ਇਹਨਾਂ ਦੀ, ਓਏ ਹੋਏ ਹੋਏ ਭਾਜੀ ਉੱਠਿਆ ਸੂਨ ਕਿੰਨਾ ਉੱਠਿਆ ਉੱਠਿਆ ਭਾਈ ਉੱਠਿਆ ਬਹੁਤ ਵੀ ਬਹੁਤ ਗ੍ਰੇਸਫੁਲ ਪੀਸ ਆ ਜੀ, ਆ ਦੁਪੱਟਾ ਨਾਲ ਚਨੂਨ ਦਾ ਦੁਪੱਟਾ ਹੈ ਵੀ ਭਾਈ, ਰੇਟ ਫੁੱਲ ਪਿਓਰ ਦੇ ਉੱਪਰ ਆ ਜੀ, ਫੁੱਲ ਪਿਓਰ ਕਰੇਬ ਦੇ ਉੱਪਰ, ਜਿਹੜਾ ਕਿ 3000 ਰੁਪਏ ਕੱਪੜੇ ਕੱਪੜਾ ਆ, ਬਿਲਕੁਲ ਭਾਜੀ ਭਾਜੀ ਬਿਲਕੁਲ ਜੀ, 800 ਮੀਟਰ ਵਾਲਾ ਹੋਲਸੇਲ ਦੇ ਵਿੱਚ 600 ਮੀਟਰ ਮਿਲ ਜਾਂਦਾ, 6 5 31 3000 ਦਾ ਕੱਪੜਾ ਤੇ 1500 1200 ਕਿੰਨਾ ਹੋ ਗਿਆ, 4200 ਰੁਪਏ ਇਹੀ ਹੋ ਗਿਆ, ਫਿਰ ਕਢਾਈ ਸ਼ਰਟ ਦੇ ਬਾਜੂ ਦੇ ਬੋਟਮ ਦੇ ਬਹੁਤ ਸੋਹਣਾ ਵਰਕ ਹੋਇਆ, ਆਪਾਂ ਦਿੰਦੇ ਪਏ 2777 ਰੁਪਏ ਦੇ ਵਿਚ, ਮਿੱਲਾ ਤੇ ਫੈਕਟਰੀਆਂ ਨਾਲੋਂ ਸਸਤਾ, ਚਲੋ ਜੀ ਅਗਲਾ ਰਿੰਪਲ ਭਾਈ ਤਿਆਰੀਆਂ ਕਰ ਰਹੇ ਆ, ਆਈ ਸ਼ਾਵਾ ਤਿਆਰੀਆਂ ਹੋ ਰਹੀਆਂ, ਅੱਜ ਆਪਾਂ ਦਿਖਾਵਾਂਗੇ ਲਹਿੰਗੇ ਵੀ, ਲੋ ਜੀ ਆ ਗਿਆ ਡਬਲ ਘੇਰਾ ਭਾਜੀ, ਡਬਲ ਘੇਰਾ ਡਬਲ ਘੇਰਾ ਆ ਗਿਆ ਭਾਜੀ, ਗੁਲਾਬ ਆ ਗੁਲਾਬ ਡਬਲ, ਇਹਨੂੰ ਕਹਿੰਦੇ ਆ ਗੁਲਾਬ ਵਾਲਾ ਡਿਜ਼ਾਈਨ, ਜਦੋਂ ਤੁਸੀਂ ਆਣਾ ਕਹਿਣਾ ਕਿਹੜਾ ਲਿਖੁੜ ਲੈਣਾ ਗੁਲਾਬ ਵਾਲਾ, ਗੁਲਾਬ ਇਹਨੂੰ ਗੁਲਾਬ ਤਾਂ ਕਹਿੰਦੇ, ਆ ਗੁਲਾਬ ਬਣਿਆ ਘੇਰਾ ਵੀ ਡਬਲ ਭਾਜੀ ਇਹਦਾ, ਆ ਇੱਕ ਘੇਰਾ ਆ ਦੂਜਾ ਘੇਰਾ, ਇਹ ਦੂਜੇ ਘੇਰੇ ਲੈਸ ਨੀ ਲੱਗੀ, ਵਰਕ ਕੀਤਾ ਗਿਆ ਇੱਕ ਰੰਗ, ਓਹ ਠਾਠਾ ਮਾਰਦਾ ਰੰਗ ਆ ਜੀ, ਠਾਠਾ ਮਿਲਣਾ ਇੱਕੋ ਹੀ ਰੰਗ ਆਇਆ ਨਾ ਜੀ,
ਆਸ਼ੂ ਦੀ ਹੱਟੀ ਆ ਭਾਜੀ ਬੰਗਾ ਰੋਡ ਵਾਲੀ ਆ ਦੁਪੱਟਾ ਨਾਲ ਇਹ ਭਾਜੀ ਬੋਟਮ ਆਈ ਹੈ ਪਹਿਲਾਂ ਬਾਹਾਂ ਦੇ ਉੱਪਰ ਹੈਗਾ ਕਿ ਨਹੀਂ ਹੈਗਾ ਭਾਜੀ 3000 ਦਾ ਕੱਪੜਾ 1200 4400 ਦਾ ਇਹੀ ਹੋ ਗਿਆ ਬਾਜੂ ਕਿੰਨੇ ਸੋਹਣੇ ਤੇ ਉਸ ਤੋਂ ਬਾਅਦ ਆ ਗਿਆ ਬੋਟਮ ਦਾ ਹੀ ਵਰਕ ਭਾਈ ਬੋਟਮ ਦੇ ਵਰਕ ਵੀ ਆ ਗਿਆ ਹਾਂਜੀ ਜੀ ਰੇਟ ਮੈਨੂੰ ਲੱਗਦਾ ਹੋਣਾ ਹੀ ਹੈ ਇਹਦਾ ਕੁਛ 1000 ਰੁਪਿਆ ਚਲੋ ਇਹ ਬੰਗਾ ਰੋਡ ਤੇ ਆਸ਼ੂ ਭਾਜੀ ਬੈਠੇ ਸਹੀ ਗੱਲ ਤੇ ਰੇਟ ਸੁਣ ਕੇ ਜਾਈਏ ਦਾ ਓਕੇ ਸਰ ਆ ਚੈੱਕ ਕਰੀਓ ਇਹਦਾ ਭਾਜੀ ਦੁਪੱਟਾ ਮੇਰਾ ਚਨੋਨ ਦਾ ਚਨੋਨ ਦਾ ਦੁਪੱਟਾ ਪ੍ਰਾਈਜ਼ ਇਹ ਜਦ ਨੇ ਰੰਗ ਦਿਖਾ ਲਓ ਇੱਕ ਰੰਗ ਕੁਛ ਵੀ ਨਹੀਂ ਭਾਜੀ ਬਲੈਕ ਕਲਰ 2 ਨੇਵੀ ਬਲੂ ਕਲਰ 3 ਹੌਟ ਪਿੰਕ ਭਾਜੀ 4 ਵੈਸੇ ਗੱਲ ਕਰਦੇ 3 ਜਾਂ 4 ਰੰਗ ਹੁੰਦੇ ਆ ਇੱਥੇ 10-10 12-12 ਰੰਗ ਲੈ ਕੇ ਆਏ ਨੇ ਇੱਕ ਨਾਲ ਦੇ ਇਸ ਟਾਈਮ ਤੇ 10 ਰੰਗ ਦਾ ਹਾਜ਼ਰ ਪਏ ਆ 15-20 ਰੰਗ ਹੋਰ ਆਏ ਨੇ ਇਹ ਚ ਨਵੇਂ 20 ਰੰਗ ਖੋਲੇ ਭਾਈ ਕਿੰਨਾ ਨਵਾਂ ਕਲਰ ਆਇਆ ਨਵਾਂ ਜੇ ਤੁਹਾਡੇ ਕੋਲ ਆ ਰੰਗ ਦਾ ਸੂਟ ਨਿਕਲਿਆ ਵੇ ਤੇ ਮੇਰੇ ਵੱਲੋਂ ਸੂਟ ਫ੍ਰੀ ਆ ਜੇ ਆਹਾ ਕਲਰ ਸੇਮ ਤੁਹਾਡੇ ਘਰੋਂ ਮਾਰੀ ਚ ਨਿਕਲ ਜਾਵੇ ਸੂਟ ਦਾ ਏਦਾਂ ਹੀ ਆ ਮੈਂ ਕਿਹਾ ਭਾਜੀ ਜੇ ਆਹਾ ਕਲਰ ਤੁਹਾਡੇ ਕੋਲ ਸੂਟ ਦਾ ਘਰੋਂ ਅਲਮਾਰੀ ਚੋਂ ਨਿਕਲ ਜਾਵੇ ਸੀਤਾ ਸਮਾਇਆ ਤੇ ਮੈਂ ਤੁਹਾਨੂੰ ਆਹ ਵਾਲਾ ਸੂਟ ਫ੍ਰੀ ਓ ਕੋਸਟ ਦਊਂਗਾ ਆਹ ਵਾਲਾ ਰੰਗ ਹੀ ਨਹੀਂ ਮਿਲਣਾ ਇਹਨੂੰ ਨਵਾਂ ਕਲਰ ਆਇਆ ਮੋਰ ਪੰਖੀਆ ਬਿਲਕੁਲ ਨਵਾਂ ਕਲਰ ਆ ਮੋਰ ਪੰਖੀਆ ਟੋਨਾਂ ਵੀ ਕਈ ਤਰ੍ਹਾਂ ਆਉਂਦੀ ਆ ਬਹੁਤ ਸੋਹਣੀ ਟੋਨ ਆ ਜੀ ਜੇ ਕੱਪੜਾ ਵਧੀਆ ਤੇ ਰੰਗ ਬਹੁਤ ਵਧੀਆ ਪਾਉਂਦੇ ਹੁੰਦੇ ਆ ਇੱਕ ਰੰਗ ਆ ਗਿਆ ਜੀ ਸਾਰੇ ਰੰਗ ਸੋਹਣੇ ਆ ਦੋ ਜੀ ਭਾਈ ਰੰਗੇ ਨੀ ਮਿਲਨੇ ਕਿਤੇ ਭਾਜੀ 3 ਤੇ ਪ੍ਰਾਈਜ਼ ਨੀ ਬੋਲੀ 2099 ਸੋਨੂੰ ਭਾਈ ਦੀ ਆਵਾਜ਼ ਨਿਕਲੀ ਕਹਿੰਦੀ ਲਓ ਜੀ ਵੱਡੀ ਆਫਰ ਭਾਜੀ 2099 ਮਿਲਜੂ 2099 ਕਿਤੇ ਮਿਲਜੂ ਹਜ਼ਾਰ 1200-1500 ਤੱਕ ਵਰਾਇਟੀ ਇੰਨੀ ਸੋਹਣੀ ਆ ਚੁੱਕੀ ਆ ਨਗਾਂ ਦੇ ਨਗ ਟਰੱਕਾਂ ਦੇ ਟਰੱਕ ਮੈਨੂੰ ਇੱਕ ਕੰਮ ਕਰਨਾ ਆ ਕੱਲ ਰੀਲ ਆਈ ਸੀ ਮੀਡੀਅਮ ਚੋਲਾ ਬੰਦਾ ਉਹ ਵੀ ਹਾਲੇ ਦਾ ਨੋ ਜੀ ਆ ਗਿਆ ਮੰਮੀ ਵਾਲਾ ਸਗਨ ਵਾਲਾ ਕਲਰ ਭਾਈ ਸੀਰੀ ਮੰਗੀ ਇਹਨੇ ਤਾਂ ਪਹਿਲਾਂ ਮੰਮੀ ਦੋ ਗੜੀਆਂ ਲਈ ਭਾਰੀ ਕਲਰ ਸਗਨਾ ਵਾਲਾ ਭਾਜੀ ਸਗਨਾ ਵਾਲਾ ਭਾਈ ਵਾਕਈ ਸਗਨਾ ਦਾ ਰੰਗ ਪਹਿਲੇ ਸਗਨਾ ਰੰਗ ਹੋਲੇ ਸਗਨਾ ਦਾ ਰੰਗ ਹਾਂਜੀ ਭਾਜੀ ਕਹਿੰਦੇ ਇੰਨੇ ਰੰਗ ਆਏ ਕਹਿੰਦੇ ਸਗਨਾ ਵਾਲਾ ਕਲਰ ਖੋਲੋ ਪਹਿਲਾਂ ਆ ਬਾਜੂ ਬਹੁਤ ਸੋਹਣੀ ਬਣੀ ਭਾਜੀ ਬਾਜੂ ਮੈਂ ਉਧਰ ਬਈਆ ਬਾਜੂ ਇੱਧਰ ਮੁੰਡੇ ਦੀ ਮੰਮੀ ਪਾਊਗੀ ਕਿ ਕੁੜੀ ਦੀ ਮੰਮੀ ਪਾਊਗੀ ਦੋਨਾਂ ਚੋਂ ਭਾਜੀ 2 ਸੂਟ ਮਿਲ ਜੂਗੇ ਮੁੰਡੇ ਦੀ ਕੁੜੀ ਵੀ ਪਾਵੇ ਮੁੰਡੇ ਦੀ ਕੁੜੀ ਵੀ ਪਾਵੇ ਮੈਂ ਕਿਹਾ ਭਾਜੀ ਮੁੰਡੇ ਦੀ ਮੰਮੀ ਵੀ ਮੁੰਡੇ ਦੀ ਮੰਮੀ ਵੀ ਪਾਵੇ ਮੰਮੀ ਵੀ ਪਾਵੇ ਤੇ ਕੁੜੀ ਦੀ ਮੰਮੀ ਵੀ ਪਾਵੇ ਹਾਂਜੀ ਇੱਕੋ ਡਿਜ਼ਾਈਨ ਦੇ ਦੂੰਗੇ ਜੇ ਥੀਮ ਭਾਜੀ ਜੇ ਤੁਹਾਨੂੰ ਥੀਮ ਵਾਸਤੇ ਨਾ ਆਹ ਆਰਟੀਕਲ ਚਾਹੀਦਾ ਹੋਇਆ ਇੱਕੋ ਰੰਗ ਦੇ 20-25-50-100 ਜਿੰਨਾ ਸੂਟ ਕਹੋਗੇ ਓਨਾ ਮਿਲ ਜੂਗਾ ਆਹੀ ਡਿਜ਼ਾਈਨ ਦਾ ਇਹ ਡਿਜ਼ਾਈਨ ਪਸੰਦ ਕਰਨਾਗੇ ਆ ਬਾਜੂ ਦੇ ਆ ਗਿਆ ਆ ਸ਼ਰਟ ਪੂਰੀ ਹੈਵੀ ਆ ਗਈ ਤੇ ਦੂਜਾ ਕਲਰ ਵੀ ਮੀਡੀਅਮ ਆ ਗਿਆ ਭਾਜੀ ਓਏ ਦੂ ਕਲਰ ਇਹ ਮੰਮੀ ਵਾਲੇ ਰੰਗ ਆ ਆ ਵੀ ਕਲਰ ਮੰਮੀ ਆ ਟਾਈਪ ਕਲਰ ਆ ਚੌਥਾ ਕਲਰ ਨੀਵੀ ਆ ਗਿਆ ਭਾਜੀ ਇਹ ਵੀ ਪਾ ਸਕਦੇ ਆ ਆ ਵੀ ਰੰਗ ਸੋਹਣੇ ਆ ਪੰਜਵਾਂ ਕਲਰ ਆ ਗਿਆ ਭਾਜੀ ਮੋਰ ਪੰਖੀ ਰੰਗ ਸਾਰੇ ਮਿਲਣ ਦੇ ਵਾਲੇ ਆ ਮੈਂ ਕਿਹਾ ਹੌਟ ਪਿੰਕ ਭਾਜੀ ਫਿਰ ਕਈ ਪਾ ਲੈਂਦੀਆਂ ਮੈਂ ਕਿਹਾ ਭਾਜੀ ਅੱਛਾ ਤੁਸੀਂ ਦੱਸਿਓ ਫਿਰ ਤੁਹਾਨੂੰ ਰੰਗ ਕਿਹੜਾ ਸੋਹਣਾ ਲੱਗਾ ਇੱਕ ਨੰਬਰ ਦੇ ਬੇਬੀ ਪਿੰਕ ਆ ਗਿਆ 2 ਨੰਬਰ ਤੇ ਆ ਗਿਆ ਮੋਰ ਪੰਖੀਆ 3 ਨੰਬਰ ਤੇ ਮਜੰਟਾ 4 ਨੰਬਰ ਤੇ ਪਿਆਜ਼ੀ ਜਿਹਾ ਕਲਰ 5 ਨੰਬਰ ਤੇ ਰਾਮਾ ਗ੍ਰੀਨ 6 ਨੰਬਰ ਤੇ ਲਵੈਂਡਰ 7 ਨੰਬਰ ਤੇ ਨੇਵੀ 8ਵਾਂ ਰੰਗ ਫਰੋਜ਼ੀ
ਅੱਠਾਂ ਰੰਗਾਂ ਚੋਂ ਰੰਗ ਤੈਨੂੰ ਕਿਹੜਾ ਸੋਹਣਾ ਲੱਗਾ? ਇੱਕ ਰੰਗ ਦਾ ਨਾਂ ਲੈ ਦਿਓ। ਇੱਕ ਨੰਬਰ ਦੇ ਬੇਬੀ ਪਿੰਕ, ਦੋ ਨੰਬਰ, ਤਿੰਨ ਨੰਬਰ, ਚਾਰ ਨੰਬਰ, ਪੰਜ ਨੰਬਰ, ਛੇ ਨੰਬਰ, ਸੱਤ ਨੰਬਰ ਤੇ ਅੱਠਵਾਂ ਠਾਠਾਂ ਮਾਰਦਾ ਗਲਾ ਜੀ, ਠਾਠਾਂ ਮਾਰਦਾ। ਭਾਈ ਖੋਲੋ ਭਾਜੀ, ਸੂਟ ਦੇ ਉੱਤੇ ਲਿਖਿਆ ਵੀ ਲਓ ਜੀ ਤਿੰਨ ਨੰਬਰ ਆਹ ਵਾਲਾ ਰੰਗ ਜੀ, ਤਿੰਨ ਨੰਬਰ ਨੂੰ ਵੋਟ ਆਈ ਹੈ। ਤਿੰਨ ਨੰਬਰ ਆਲ ਵਰਿੰਦਰ ਜੀ ਕਹਿੰਦੇ ਆਲ, ਸਾਰੇ ਰੰਗ ਸੋਹਣੇ ਕਹਿੰਦੇ ਭਾਈ, ਵਾਕਈ ਰੰਗ ਸਾਰੇ, ਵਾਕਈ ਰੰਗ ਸਾਰੇ ਸੋਹਣੇ ਆ। ਫੱਟਾ ਮੇਰਾ ਚਨੋਨ ਦਾ ਭਾਜੀ, ਇਹਦੇ ਬਾਹਾਂ ਇੱਧਰ ਗੱਡੀਆਂ ਗੱਡੀਆਂ ਬਾਹਾਂ ਬਾਜੂ ਭਾਜੀ ਭਾਈ, ਆਖੋ ਪੇਪਰ ਨਿਕਲਦੇ ਪਏ ਆ। ਕਰਿਓ ਭਾਜੀ ਸਾਈਜ਼ ਦੁਪੱਟੇ, ਕੋਈ ਸਟਾਫ ਨੀ ਲੱਗੇ ਭਾਜੀ, ਖੁੱਲੇ ਡੁੱਲੇ ਦੁਪੱਟੇ ਚਨੋਨ ਦੇ। ਬਰੇਲੀ ਦਾ ਮਾਲ, ਬਰੇਲੀ ਤੋਂ ਵੀ, ਬਰੇਲੀ ਤੋਂ ਵੀ ਸਸਤਾ, ਬਰੇਲੀ ਦਾ ਮਾਲ ਬਰੇਲੀ ਤੋਂ, ਬਰੇਲੀ ਤੋਂ ਵੀ ਸਸਤਾ ਭਾਜੀ। ਕੋਈ ਇਹਦਾ ਤੁਹਾਨੂੰ 5-6 ਹਜ਼ਾਰ ਤੋਂ ਘੱਟ ਨਹੀਂ ਮਿਲਣਾ। ਇੱਥੇ ਤੁਹਾਨੂੰ 3 ਹਜ਼ਾਰ ਦੇ ਏਟੇ ਬੇਟੇ ਮਿਲ ਜਾਣਾ ਭਾਜੀ, 3 ਹਜ਼ਾਰ ਦੇ ਏਟੇ ਬੇਟੇ ਆਹ ਦੁਪੱਟੇ। ਹਾਂਜੀ ਭਾਜੀ ਲੈਣਾ, ਆਹ ਟੋਟਲ ਹੈਂਡ ਵਰਗਾ ਟੋਟਲ, ਇੱਕ ਲੈਣ, ਦੋ ਲੈਣ, ਤਿੰਨ, ਚਾਰ, ਪੰਜ, ਛੇ, ਸੱਤ ਲੈਣਾ, ਸੱਤਵੀਂ ਲੈਣ ਦਾ ਪੂਰਾ ਪ੍ਰੋਪਰ, ਸੱਤ ਲੈਣਾ ਆਲ ਕਲਰ ਕਹਿੰਦੇ ਜਤਿੰਦਰ ਜੀ, ਕਹਿੰਦੇ ਆਲ ਕਲਰ ਸਾਰੇ ਸੋਹਣੇ ਆ। ਰਾਧੇ ਕ੍ਰਿਸ਼ਨਾ ਜੀ, ਰਾਧੇ ਰਾਧੇ ਜੀ, ਚਲੋ ਜੀ ਤੇ ਰੇਟ ਦੱਸੋ, ਰੇਟ ਜਿਹੜਾ ਇਹਦਾ ਰੇਟ ਹੈਗਾ 5500 ਰੁਪਇਆ, ਆਸ਼ੂ ਦੀ ਹੱਟੀ ਦੇ 2888 ਰੁਪਏ ਦੇ ਵਿੱਚ 2888। ਚਲੋ ਕਰੋ ਸੈਟ ਕਰੋ, ਰਿੰਪਲ ਭਾਈ ਜੰਨਤ ਲਿਆ ਤੀ ਜੰਨਤ ਉਧਰ, ਰੇਟ ਜਿਹੜੇ ਰੇਟ ਸੀਗੇ 28-28 ਹਜ਼ਾਰ, 30-30 ਹਜ਼ਾਰ, ਉਹ ਤੁਹਾਨੂੰ 10-10 ਹਜ਼ਾਰ ਚ ਦੇ ਦੇਣੇ ਆਪਾਂ ਅੱਜ ਵੱਡੀ ਆਫਰਾਂ ਦੇਵਾਂਗੇ, ਵੱਡੀਆਂ ਆਫਰਾਂ ਸਦਕੇ ਜਾਈਏ ਕਾਰੀਗਰਾਂ ਨੇ। ਦੇਖੋ ਪੂਰਾ ਜਾਲ, ਪੂਰਾ ਫਰੰਟ ਪੂਰਾ ਹੈਵੀ ਤੇ ਰੇਟ ਸਿਰੇ ਤੇ ਸਿਰਫ 1199। ਜਾਲ ਕੱਪੜਾ ਬਹੁਤ ਸੋਹਣਾ, ਗਲਾਸ ਹੋਰ ਗੰਜਾ 1199 ਚ। ਭਾਜੀ ਕਲਰ ਕਿੰਨਾ ਸ਼ਾਨਦਾਰ, ਖੋਲ ਰੇਟ ਸੇਮ ਹੀ ਸੇਮ ਆ, ਇੱਧੇ ਖੋਲ, ਇੱਧੇ ਲੰਬਾ ਆਪਣਾ ਖੋਲੋ, ਸਾਰੇ 1199 ਵਾਲੇ ਆ, ਇਹ ਕਾ ਮਹਿੰਗਾ ਵਾ। ਚਲੋ ਆ ਹੈਗਾ ਆ 1299 ਚ, ਨਹੀਂ ਇਹ ਵੀ 1199, ਇਹ ਵੀ 1199, ਆਹ ਵੀ 1199 ਭਾਈ। ਦੁਪੱਟਾ ਖੋਲਣਾ ਮੇਰਾ ਭਰਾ, ਇਹਦਾ ਦੁਪੱਟਾ ਖੋਲੀ ਬਸ, ਆਖੋ ਕਿੰਨਾ ਬਣਿਆ ਫੜੀ ਸੀ, ਆਖੋ ਨਹੀਂ ਨਹੀਂ ਬਸ ਹੁਣ ਪੂਰਾ ਸ਼ਾਨਦਾਰ ਘੇਰੇ ਫਰੰਟ ਜਾਲ, ਆਖੋ ਦੁਪੱਟੇ 1199 ਦੇ ਵਿੱਚ ਏਦਾਂ ਦੇ ਸਾਫ਼ ਸੁਥਰੇ ਵਰਗ ਕਿੱਥੇ ਮਿਲਣੇ ਆ? ਉਹ ਕਿੱਥੇ ਆ? ਫਗਵਾੜਾ ਕਿੱਥੇ ਆ? ਫਗਵਾੜਾ ਸ਼ਹਿਰ ਜੀ, ਪੰਜਾਬ ਦੇ ਵਿੱਚ, ਜਿੰਦਰ ਲੁਧਿਆਣੇ ਦੇ ਮਿਡਲ ਵਿੱਚ। ਚਲੋ 1199 ਵਾਲੇ ਪਤਾ ਕਰੋ, ਇਹਨਾਂ ਨੂੰ ਸਾਈ ਲਵਾ ਦੋ, ਫਟਾਫਟ ਕਰ ਲਓ ਹੁਣ ਅੰਸ ਚ ਰਹਿੰਦੀ ਹੈ।
ਇੱਕ ਸੈਂਪਲ ਰਹਿੰਦਾ ਉਹ ਵੀ ਨਿਗਾਹ ਕਰਾ ਦੋ ਭਾਜੀ। ਭਾਜੀ ਪੂਰੀ ਫਿਲਮ ਤਾਂ ਦਿਖਾਣੀ ਹੋਣੀ, ਨਹੀਂ ਦਿਖਾਉਣੀ। ਫਿਲਮ ਬਹੁਤ ਵੱਡੀ ਆ ਭਾਜੀ, ਪੂਰੀ ਫਿਲਮ ਨਹੀਂ ਦਿਖਾ ਹੋਣੀ, ਸਿਰਫ ਟ੍ਰੇਲਰ ਹੀ ਦਿਖਾ ਹੋਣਾ ਭਾਜੀ। ਰੋਜ਼ ਚੱਲਦੇ ਟ੍ਰੇਲਰ ਭਾਜੀ, ਤੁਸੀਂ ਆ ਕੇ ਦੇਖਣੀ ਆ ਭਾਜੀ। ਵਿਜਿਟ ਕਰਕੇ ਦੇਖਣੀ ਆ ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਦੇ। 1450 ਰੁਪਏ ਚ ਦੁਪੱਟਾ ਦੇਖੋ, ਚਮ ਚਮ ਕਰਦਾ ਜੀ। ਕਲਰ ਹੈਗੇ ਅੱਜ ਘੱਟੋ ਘੱਟ 8-10 ਕਲਰ। ਇਹਦੇ ਸਿਰਫ ਸੈਂਪਲ ਨਿਗਾ ਕਰਾ ਰਹੇ ਤੁਹਾਨੂੰ ਅੱਜ 1495 ਦੇ ਵਿਚ। ਆ ਨਗਾ ਦਾ ਕੰਮ ਟੋਟਲ ਹੈਵੀ। ਚਲੋ ਜਾਣ ਦੇ ਨੂੰ ਜੀ, ਮੈਂ ਜੀ ਆਇਓ ਫਿਰ ਆਲ ਭਾਜੀ ਇਕੱਠੇ ਕਰ ਲਓ। ਆਗੇ ਲੋ ਜੀ ਆਇਓ ਡਿਜ਼ਾਈਨਰ ਪੀ ਆ ਗਿਆ ਆ ਗਿਆ ਕੈਪਟਨ ਕਪਟਨ ਆ ਪੇਪਰ ਵਿੱਚੋਂ ਨਿਕਲਣਾ ਕਪਟਨ ਉਹ ਪੈਕ ਕਿਨ ਲਿਆ ਪੇਪਰ ਨੂੰ ਜੋ ਨਿਕਲ ਵਿੱਚ ਪਲੀਜ਼ ਚੈੱਕ ਕਰਿਓ ਰੋ ਭਾਜੀ। ਭਾਜੀ ਕੱਲਾ ਫਰੰਟ ਨਹੀਂ ਹੈਗਾ ਇਹਦਾ, ਜਿਹਦਾ ਫਰੰਟ ਦੇ ਡਿਜ਼ਾਈਨ ਆ ਉਹਦੇ ਸੇਮ ਬੈਕ ਡਿਜ਼ਾਈਨ ਆ ਰਹੂਗੀ ਭਾਜੀ। ਧੋਤੀ ਸਲਵਾਰ ਇੱਕ ਮਿੰਟ ਦੇ ਧੋਤੀ ਆ ਕੋ ਪੂਰਾ ਉੱਪਰ ਤੱਕ ਕੰਮ ਹੋਇਆ ਗੋਟਾ ਪੱਤੀ ਦਾ। ਇਹਦਾ ਅੱਜ ਹੀ ਵਿਕਣਾ, ਅੱਜ ਹੀ ਵਿਕਣਾ ਇਹ ਵੀ ਗਰੰਟੀ ਨਾਲ ਅੱਜ ਹੀ ਵਿਕੂਗਾ ਇਹ। ਆ ਗਿਆ ਹੁਣ ਫਰੰਟ ਦਾ ਨੈਕ ਵੀ ਆ ਤੇ ਭਾਜੀ ਅੰਦਰ ਬੰਦੇ ਕਿੰਨੇ ਕਰ ਮਾਰਾ ਤਾਂ ਨੀ ਆ ਹੋਰ ਸਾਈਡ ਵਰਕ ਗੋਰਾ ਵੀ ਨੀ ਆਇਆ ਵਿਸ਼ਾਲ ਦੀ ਮੰਮੀ ਭੇਜੀ ਮਾਣੇ। ਚਲੋ ਭਾਜੀ ਰੇਟ ਬੋਲੋ ਭਾਜੀ, ਇੰਨੇ ਚੁੰਨੀ ਤਾਂ ਨੀ ਆਉਂਦੀ 14,900 ਰੇਂਜ ਦੇ ਵਿਚ ਭਾਜੀ। ਗੁਦਲੀ ਨਾਲ ਭਾਬੀ ਮੰਡੇ ਆਪ ਜਾਓ ਉਧਰ ਲਹਿੰਗੇ ਬਾਬੇ ਚਲੇ ਗਏ ਉਧਰ ਬਾਅਦ ਵੱਡੇ ਵੱਡੇ ਬਾਬੇ ਏਦਾਂ ਨਹੀਂ ਵੱਡੇ ਵੱਡੇ ਬਾਬੇ ਉਧਰ ਗਏ ਉਹ ਲੈ ਕੇ ਆਓ ਨਾਲ ਲਾ ਲਓ ਭੂਆ ਨੂੰ ਉਧਰ ਪਾਰਕਿੰਗ ਦੇ ਵਿਚ। ਹਾਂ ਵੱਡੇ ਵੱਡੇ ਬਾਬੇ ਆ ਮਣੇ ਲਿਆਓ ਨਾਲ ਲਿਓ ਕਿਸੇ ਨੂੰ ਸੀਮਾ ਲਿਓ ਆਲੋ ਗਰਾਰਾ ਭਾਜੀ ਕਿੰਨਾ ਲੱਤ ਪੱਤ ਕੀਤਾ ਪਿਆ ਵੀ ਜੇ ਖੋਲਦਾ ਹੀ ਪਿਆ ਭਾਈ ਵਿਛਾਈਓ ਨੀਚੇ ਪਿਆ ਭਾਜੀ ਏਦਾਂ ਦੇ ਵਰਕ ਏਦਾਂ ਦੀਆਂ ਵਰਾਇਟੀਆਂ ਮਿਲਣੀਆਂ ਕਿੱਥੇ ਆ ਸਹੀ ਦੇਸੀ ਸਲੂਫੇ ਸਲੂਫੇ ਬੁਲਬੁਲ ਦੇ ਬੱਚੇ ਮਿਆਉਂ ਮਿਆਉਂ ਕਰਦੇ ਫਿਰਦੇ ਆ ਮਿਆਉਂ ਮਿਆਉਂ ਆ ਦੁਪੱਟਾ ਨਾਲ ਆ ਗਿਆ ਫਰੰਟ ਬੈਕ ਸਾਈਡ ਤੇ ਨਹੀਂ ਆ ਵੀ ਮੈਨੂੰ ਦਫਾ ਦਫਾ ਕਰਾ ਦੋ ਆਈਓ ਮਾੜੀ ਮੈਡਮ ਰੇਟ ਬੋਲੋ
ਭਾਜੀ ਹੈਗਾ, ਹੋ ਸਕਦਾ, ਬੜੀ ਗੱਲ ਨੀ। ਤੇ ਆਪਣਾ ਰੇਟ ਹੈਗਾ ਭਾਜੀ 15,800 ਦੀ ਰੇਂਜ ਜੀ। 15,800 ਦੀ ਰੇਂਜ ਵਿੱਚ ਹੈਂਡ ਬੈਗ ਦੇ ਨਾਲ। ਚਲ ਦੁਪੱਟਾ ਆਓ ਲਾਂਗੇ ਕੋਈ ਆ। ਸੋਲੋ ਵੀ ਲਾਇਆ ਲੈ। ਓਏ ਹੋਏ ਓਏ ਹੋਏ ਭਾਈ ਰੰਗੇ ਨੀ, ਇਹ ਵੀ ਅੱਜੇ ਹੀ ਇਹ ਤਾਂ ਹੁਣੇ ਵਿਕਿਆ ਲੋ, ਇਹ ਤਾਂ ਹੁਣੇ ਵਿਕਿਆ ਲੋ। ਰੰਗੇ ਨੀ ਇੱਦਾਂ ਮਿਲਣਾ ਕਿਸੇ ਕੋ, ਮਿਲਣੇ ਤਾਂ ਬੰਗਾ ਰੋਡ ਤੇ ਭਾਜੀ। ਫਰੰਟ ਬੈਕ ਸੇਮ ਭਾਜੀ, ਫਰੰਟ ਵੀ ਆ ਤੇ ਬੈਕ ਵੀ ਸੇਮ। ਜਿੱਦਾਂ ਫਰੰਟ ਤੇ ਕਢਾਈ ਆ ਉਦਾਂ ਸੇਮ ਬੈਕ ਤੇ ਭਾਜੀ। ਫਰੰਟ ਬੈਕ ਨਾਲ ਦੁਪੱਟਾ ਹਾਏ ਭਾਜੀ, ਸਹਿਜ ਸਹਿਜ ਦੇਖ ਕੇ ਮਜ਼ਾ ਆ ਗਿਆ। ਸਹਿਜ ਨਿਕਲਿਆ ਵੱਡਾ ਭਾਜੀ, ਰੰਗ ਆਏ ਸੀ, ਰੰਗ ਆਏ ਛੇ ਰੰਗ ਹੈਗੇ ਰੰਗ ਮੈਨੂੰ ਲੱਗਦਾ। ਹਾਂਜੀ ਭਾਜੀ, ਦੋ ਕਲਰ ਆਏ ਜੀ, ਸਾਈਜ਼ ਹੈਗਾ ਭਾਜੀ 42 ਤੇ ਦੁਪੱਟਾ ਹੀ ਭਾਜੀ ਜਿਹੜਾ ਆ ਕਾਰੀਗਰ ਨਾ ਇਹ 42 ਤੋਂ ਵੱਧ ਸਾਈਜ਼ ਨਹੀਂ ਬਣਾਉਂਦਾ। ਇਦਾਂ ਹੀ 44 ਆ ਗਿਆ, ਤਿਆਰ ਹੁੰਦਾ ਇਹ 42 ਤੱਕ ਤਿਆਰ ਰਹਿੰਦਾ। 44 ਜੇ ਬਾਕੀ 50 58 60 ਤੱਕ ਤੁਹਾਨੂੰ ਸਹਿ ਚਾਹੀਦਾ, ਉਹ ਤੁਹਾਨੂੰ ਆਰਡਰ ਤੇ ਮਿਲ ਜੂਗਾ। ਕਲਰ ਦੇਖਿਓ ਭਾਜੀ, ਸਮਾਰਟ ਕਲਰ ਆ ਭਾਜੀ, ਸਮਾਰਟ ਕਲਰ, ਇੰਗਲਿਸ਼ ਕਲਰ, ਦੋਨੇ ਇੰਗਲਿਸ਼ ਕਲਰ ਫਰਕ ਆ ਭਾਜੀ। ਮੈਂ ਪਹਿਲੇ ਕਿਹਾ ਸੋਲੋ ਵੀ ਸਾ, ਤੁਸੀਂ ਕਿਹਾ ਐਵੇਂ ਸੇਮ ਆ, ਫਰਕ ਆ। ਮੈਂ ਆਪ ਕਹਿੰਦਾ ਇੱਕੋ ਵੀ ਬਣਾਉਂਦਾ ਭਾਜੀ। ਜਾਫਾ ਇਹ ਆ ਗਿਆ ਗਰਾਰਾ ਭਾਜੀ, ਗਰਾਰਾ ਇਹ ਆ ਗਿਆ ਗਰਾਰੇ ਦੇ ਨਾਲ, ਇਹ ਗਰਾਰਾ ਉਹ ਸੀਗਾ ਪਲਾਜੋ। ਚੱਲ ਥੋੜਾ ਫਾਸਟ ਆ ਜਾ, ਹੁਣ ਦਿਖਾਈਏ ਬੁਲਬੁਲੇ ਬੱਚੇ ਰਿੰਪਲ ਭਾਈ ਨੇ ਤਿਆਰ ਕੀਤੇ ਹੋਏ ਆ। ਚਲੋ ਚਲੋ ਜਲਦੀ ਕਰੋ, ਆ ਖੋਲੋ ਦੋਨੋਂ ਵੀ ਖੋਲੋ ਜਲਦੀ। ਕਰੀਮ ਇਹਦੇ ਵਿੱਚ ਰੰਗ ਆ ਗਏ ਘੱਟੋ ਘੱਟ ਨੀ 8 ਇਹ ਆਰਟੀਕਲ ਸਾਡੇ ਕੋਲ ਰੁਕਣ ਦਾ ਨਾਂ ਨੀ ਲੈ ਰਿਹਾ, ਨਾ ਰੁਕਦਾ ਆ ਤੇ ਨਾ ਰੁਕਣ ਦਾ ਟਾਈਮ ਲੈ ਰਿਹਾ। ਇਹਦੇ ਵਿੱਚ ਕਸਟਮਰ ਦੀ ਡਿਮਾਂਡ ਹੁੰਦੀ, ਟੋਟਲ ਹੈਂਡਵਰਕ ਲੈਣਾ, ਰੇਟ ਦੀ ਕੋਈ ਗੱਲ ਨੀ, ਲੈਣਾ ਹੀ ਟੋਟਲ ਹੈਂਡਵਰਕ ਆ ਤੇ ਆਜੋ ਟੋਟਲ ਹੈਂਡਵਰਕ ਲੈਣ ਲਈ। ਬੈਕ ਭਾਜੀ, ਬੈਕ ਰਾਜੇ ਮਹਾਰਾਜਿਆਂ ਵਾਲਾ ਪੀਸ ਆ ਜੀ ਇਹ। ਜਿਹੜਾ ਇਹਦੇ ਉੱਪਰ ਮਟੀਰੀਅਲ ਯੂਜ ਹੋਇਆ ਨਾ, ਜਿਹੜਾ ਮਟੀਰੀਅਲ ਆਹ ਮਟੀਰੀਅਲ ਕਹਿੰਦੇ ਇਹਦੇ ਉੱਪਰ ਮਟੀਰੀਅਲ ਲੱਗਾ ਵਾਲਾ ਕਢਾਈ ਦਾ ਜਿਹੜਾ ਮਟੀਰੀਅਲ ਲੱਗਾ 10,000 ਦਾ ਮਟੀਰੀਅਲ ਲੱਗਾ ਇਹਦੇ ਉੱਪਰ ਦਬਕਾ ਪਰਲ, ਵਧੀਆ ਕੁਆਲਿਟੀ ਦਾ ਦਬਕਾ ਜੋ ਵੀ ਇਹਦੇ ਚ ਲੱਗਾ ਉਹ ਸਾਰਾ ਇੱਕ ਏ ਗ੍ਰੇਡ ਕੰਮ ਕੀਤਾ ਗਿਆ। 10,000 ਦਾ ਕੱਲਾ ਮਟੀਰੀਅਲ ਆਇਆ, ਜਿਹੜਾ ਸੂਟ ਦੇ ਉੱਪਰ ਵਰਕ ਹੋਇਆ ਜਿਹਦੇ ਨਾਲ ਏਦੀ ਆ ਜੀ। ਬਿਲਕੁਲ ਭਾਜੀ, ਬਿਲਕੁਲ ਜੀ, ਕੱਲਾ ਮਟੀਰੀਅਲ, ਚਲੋ ਜੀ, ਮਿਹਨਤ ਵੱਖਰੀ, ਕੱਪੜਾ ਵੱਖਰਾ। ਚਲੋ ਲੋ ਜੀ, ਆ ਗਿਆ ਫਿਰ ਜਾਫਾ ਭਾਜੀ, ਸਾਈਜ਼ ਆ ਗਿਆ 40 42 ਵਿੱਚ ਸੀਗਾ, 42 ਕਹਿੰਦੇ ਆਇਆ ਨਾਲ 42 ਵਿੱਚ ਆਇਆ ਸੀਗਾ, 42 ਕਹਿੰਦਾ ਸੀ ਕਿਚ ਆ ਗਈ 42 ਭਾਜੀ, ਉਹੀ ਸੀ ਜਿਹੜਾ ਪੀਸ ਖੋਲਿਆ ਸੀ ਆਪਾਂ ਜਾਫੇ ਦੇ ਵਿੱਚ। ਅੱਛਾ ਭਾਜੀ, 42 ਮੈਂ ਇਹਨਾਂ 40 42 ਵੀ ਘੱਟੇ ਲਾਉਂਦਾ, 40 ਜਿਆਦਾ ਬਣਾਉਂਦਾ ਇਹ। ਹਾਂ 40 ਆ ਗਿਆ ਭਾਜੀ, ਭਾਜੀ ਇਹਨਾਂ ਦੇ 40 ਸਾਈਜ਼ ਤੇ 38 ਸਾਈਜ਼ ਜਿਆਦਾ
ਫੁੱਲ ਡਿਮਾਂਡ ਦੇ ਵਿੱਚ ਹੁੰਦੇ ਇਹਦੇ ਸਾਈਜ਼ ਚਾਹੀਦੇ। ਹਰ ਕਾਰੀਗਰ ਦਾ ਆਪਣਾ ਆਪਣਾ ਹਿਸਾਬ ਕਿਤਾਬ ਹੁੰਦਾ, ਹਰ ਕਾਰੀਗਰ ਦਾ 38 ਇੰਚ 40 ਹੱਦ 42 38-40 ਤੱਕ ਹੱਥ ਡਿੱਗਿਆ ਇਹਨਾਂ ਦਾ, 42 ਦਾ ਵੀ 42 ਭਾਵੇਂ 60 ਇੰਚ ਬਣਾ ਲਓ ਆਰਡਰ ਦੇ ਉੱਪਰ। ਕਲਰ ਦੇਖੋ ਕਿੰਨਾ ਸ਼ਾਨਦਾਰ ਠਾਠਾ ਮਾਰਦਾ ਕਲਰ, ਇਹ ਵੀ ਅੱਜੇ ਵੀ ਗਿਆ ਲਓ ਅੱਜੇ ਹੀ, ਕੱਲ ਤੱਕ ਨਹੀਂ ਰਹਿਣਾ ਇਹਨੇ, ਚਲੋ ਕੱਲ ਤੱਕ ਨਹੀਂ ਰਹਿਣਾ। ਆਜੋ ਇੱਕ ਅੱਜ ਅਸੀਂ ਨਵੀਂ ਲਾਂਚਿੰਗ ਕੀਤੀ ਆ ਡੂਪੀਆਂ ਸਿਲਕ ਦੇ ਉੱਪਰ ਠਾਠਾ ਮਾਰਦੇ ਪੀਸ, ਡੂਪੀਆਂ ਸਿਲਕ ਦੇ ਉੱਪਰ ਠਾਠਾ ਮਾਰਦੇ ਪੀਸ, ਜਿਹਦਾ ਕਿ ਰੇਟ ਹੈਗਾ 18 ਤੋਂ 20 ਹਜ਼ਾਰ ਰੁਪਇਆ, ਔਰ ਤੁਹਾਨੂੰ ਆਪਾਂ ਓਨੇ ਚ 2 ਜਾਂ 3 ਪੀਸ ਦੇ ਦੇਣੇ ਆ। ਏਦਾਂ ਲਹਿੰਗਾ ਚੱਕ ਲਓ ਮਾੜਾ, ਹਾਂ ਏਦਾਂ ਘੁਮਾਓ, 18 ਤੋਂ 20 ਹਜ਼ਾਰ ਰੁਪਇਆ ਆਰਟੀਕਲ। ਆ ਗਈ ਟੋਪ ਇਹਦੀ ਨਾਲ, ਨਾਲ ਆ ਗਏ ਲੌਂਗ ਸਲੀਵਸ, ਤੇ ਪ੍ਰਾਈਸ ਦੇਵਾਂਗੇ ਤੁਹਾਨੂੰ ਆਪਾਂ ਓਨਲੀ ਤੇ ਓਨਲੀ ਦੁਪੱਟਾ ਖੋਲੋ ਜੀ ਪਹਿਲਾਂ, ਉਹ ਪਰਸ ਵੀ ਨਾਲ ਭਾਜੀ, ਆ ਪਰਸ ਵੀ ਨਾਲ ਆ ਲੋ ਜੀ, 18 ਤੋਂ 20 ਹਜ਼ਾਰ ਰੁਪਏ ਵਾਲਾ ਪੀਸ 5700 ਰੁਪਏ ਦੇ ਵਿੱਚ ਜੀ। ਪੀਸ ਬਹੁਤ ਸ਼ਾਨਦਾਰ ਆ, 5700 ਦੀ ਏਟੇ ਬੇਟੇ, ਯਾਨੀ 6 ਹਜ਼ਾਰ ਦੀ ਏਟੇ ਬੇਟੇ। ਉਹ ਭਾਜੀ ਕਲਰ ਭਾਜੀ ਡਿਸਪਲੇ ਕਰ ਮੇਰਾ ਭਰਾ ਜੀ ਸਾਰੀ ਪੀਸਾਂ ਨੂੰ, ਉਹ ਜਨੂ ਲਾਜ਼ਮ ਭਾਜੀ ਕਲਰ ਮਨੀ ਭਾਈ ਕਲਰ ਖੋਲੀ ਭਾਜੀ, ਠਾਠਾ ਮਾਰਦੇ ਪਿਓਰ ਦੇ ਦੁਪੱਟਿਆਂ ਦੇ ਨਾਲ, ਪਹਿਲਾਂ ਦੱਸੋ ਕਲਰ ਕੋਈ ਢਿੱਲਾ ਹੋਵੇ ਨਾ, ਤਰਤਾਲੀ ਮਿਲਜੂਗਾ ਜੀ ਭਾਈ, ਆਪਣਾ ਰੇਟ ਬੋਲੀ ਇਹਦਾ 3600 ਕੀ ਹੋ ਗਿਆ, 13 ਹਜ਼ਾਰ ਹੋਣਾ, ਰੇਟ ਦਿਖਾਇਓ ਕਿੰਨਾ ਲਾਇਆ ਤੁਸੀਂ, ਕਹਿੰਦੇ 3600 ਕਿੰਨਾ ਕਹਿੰਦਾ ਭਾਜੀ, ਇਹਦੇ ਵਿੱਚ ਕੋਈ ਗੱਲ ਸੁਣ, ਡੂਪੀਅਨ ਸਿਲਕ ਵਾ ਆ, ਕੇਨ ਕੇਨ ਲਾਈਨਿੰਗ, ਲਾਈਨਿੰਗ ਵੀ ਵਧੀਆ ਕੁਆਲਿਟੀ ਲੱਗੀ ਭਾਜੀ ਸਿਲਕ ਵਿੱਚ, ਮੈਂ ਤਾਂ ਹੈਰਾਨ ਆ ਸਿਲਕ ਦੀ ਲਾਈਨਿੰਗ, ਫੇਰ ਕੇਨ ਕੇਨ ਲੱਗੀ, ਫੇਰ ਲਾਈਨਿੰਗ ਲੱਗੀ ਚੁੱਭੇ ਨਾ, ਘੱਟੋ ਘੱਟ ਨੀ 2500 ਰੁਪਇਆ ਸਟਿਚਿੰਗ ਦਾ ਰੇਟ ਆ, 25 ਤੋਂ ਘੱਟੋ ਘੱਟ 2500 ਰੁਪਏ ਸਿਲਾਈ ਸਿਲਾਈ ਦਾ ਰੇਟ ਆ, ਚੈੱਕ ਆਊਟ ਹੈ 3888 ਭਾਜੀ, ਓਕੇ ਰਿਪੋਰਟ ਆ, ਇਹਦਾ ਵਿਕ ਗਿਆ, ਇਹ ਨੂੰ ਤਾਂ ਲਾਈ ਪਾਉਣ ਦੀ ਲੋੜ ਹੀ ਨੀ ਪੈਣੀ, ਗਿਆ ਤੁਸੀਂ ਆਪਣਾ ਰੇਟ ਬੋਲੋ ਬਤਾਲੀ ਸੋ ਬਾਈ ਕਿਥੋਂ ਲੱਭ ਜਾਣੇ ਆਸ਼ੂ ਦੀ ਹੱਟੀ ਤੋਂ ਲੱਭਣੇ ਆ।
ਆਜੋ ਭਾਜੀ, ਹੋਰ ਵੀ ਚੀਜ਼ਾਂ ਬਹੁਤ ਆ। 13-500 ਵਾਲਾ ਕਿੰਨੇ ਚ ਦੇ ਦੇਣਾ? ਆ ਕਾਫੀ ਕਲਰ ਵਾਲਾ ਸਾਈਜ਼ ਵੀ ਖੁੱਲਾ ਡੁੱਲਾ ਕਮਾਲ ਕਰਤੀ ਕਮਾਲ। ਲਹਿੰਗੇ 5-5, 6-6 ਹਜ਼ਾਰ ਚ ਲਹਿੰਗੇ ਆ ਗਏ ਆ, 4-5 ਹਜ਼ਾਰ ਚ ਲਹਿੰਗੇ। ਆ ਚੱਕੋ ਲਹਿੰਗਾ, ਇਹਦਾ ਹੁਣੇ ਰਿਪੀਟ ਚੱਲੀ ਹੁਣੇ ਕਾਰੀਗਰਾਂ ਨੂੰ, ਜਿੰਨਾ ਮਾਲ ਸਿੱਧਾ ਆਵੇ ਆਸ਼ੂ ਰੱਟੀ ਦੇ ਮਿਲਣਾ ਨਾਲੋਂ ਸਸਤਾ। ਭਾਈ ਰੇਟ ਬੋਲਿਓ। 2 ਬਾਕੀ 2999 ਚ ਲਹਿੰਗਾ ਭਾਜੀ 2500 ਦਾ ਸਮਾਈ ਆ ਭਾਜੀ, 2999 ਦਾ ਲਹਿੰਗਾ ਸੀਤਾ ਸਮਾਇਆ ਦੇ ਦੇਣਾ ਆਪਾਂ। ਏਦਾਂ ਦੇ ਲਟਕਣ ਚ ਭਾਜੀ, ਕਾਰੀਗਰ ਨੇ ਕੋਈ ਕਮੀ ਨੀ ਛੱਡੀ। 2999 ਚਲੋ ਤੁਸੀਂ ਭਾਜੀ, ਜੈਪੁਰੀ ਲਹਿੰਗਾ ਜੈਪੁਰ ਤੋਂ ਵੀ ਸਸਤਾ। ਜੈਪੁਰ ਤੋਂ ਵੀ ਸਸਤਾ ਔਰੇਂਜ ਕਲਰ ਦਾ ਲਹਿੰਗਾ, ਔਰੇਂਜ ਕਲਰ ਦਾ ਆ ਕੁੜਤੀ ਭਾਈ, ਘੱਟੋ ਘੱਟ ਨੀ 16-17 ਹਜ਼ਾਰ ਰੁਪਏ ਰੇਟ ਵੱਧ। ਆਪਾਂ ਕਸਟਮਰ ਪੁੱਛ ਲੈਂਦੇ ਇਹਦਾ ਰੇਟ ਕੀ ਹੋਣਾ ਚਾਹੀਦਾ, ਦੱਸੀ ਇਹਦਾ। ਠਾਠਾ ਮਾਰਦਾ ਹੈਂਡ ਵਰਕ, ਮਿਰਲ ਵਰਕ ਤੇ ਕੱਪੜਾ ਰੋਇਲ ਸਿਲਕ ਲੱਗੀ ਹੋਈ ਆ, ਡੁਪੀਅਨ ਸਿਲਕ ਜਿਹੜੀ ਕਹਿੰਦੇ ਆ, ਰੋਇਲ ਸਿਲਕ ਆ ਕੁੜਤੀ ਹੈਂਡ ਵਰਕ ਦੇ ਨਾਲ ਪਿਓਰ ਸਿਲਕ ਦਾ ਲਹਿੰਗਾ, 16-17 ਹਜ਼ਾਰ ਰੁਪਏ ਲਹਿੰਗਾ ਤੁਹਾਨੂੰ ਕਿੰਨੇ ਦਾ ਮਿਲਣਾ ਚਾਹੀਦਾ? ਚਲੋ ਅਗਲਾ, ਚਲੋ ਇਹਨੂੰ ਸਾਈਡ ਤੇ ਰੱਖੋ, ਇਹ ਰੇਟ ਪੁੱਛ ਰਹੇ, ਰੇਟ ਕੀ ਹੋਣਾ ਚਾਹੀਦਾ ਰੇਟ? ਭਾਈ ਅੱਜ ਤਾਂ ਤਬਾਹੀਆਂ ਲਿਆਂਦੀਆਂ ਪਈਆਂ, ਤਬਾਹੀਆਂ। ਬਾਕੀ ਰੈਡੀਮੇਡ ਦੀ ਦੁਨੀਆ ਆਸ਼ੂ ਦੀ ਹੱਟੀ ਪਰਸ ਨਾ ਇੱਥੇ ਆ ਦੋ ਸਾਈਡ ਤੇ ਭਾਜੀ, ਅੰਮ੍ਰਿਤ ਚੱਕਰੀ ਵਾਲਾ ਰੰਗ ਇੱਚੀ ਆ ਮਹਿੰਗਾ ਭਾਜੀ, 3 ਅਲੱਗ ਅਲੱਗ ਡਿਜ਼ਾਈਨ ਆ ਭਾਜੀ, 4 ਡਿਜ਼ਾਈਨ ਲੱਗ ਆ, ਪ੍ਰਿੰਟਿੰਗ ਅਲੱਗ ਆ, ਆ ਅਲੱਗ ਆ, ਆ ਅਲੱਗ ਆ ਤੇ ਆ ਅਲੱਗ ਆ ਤੇ ਰੀਡ ਵੀ ਸਾਰੇ ਆ। ਖੋਲ ਬਸ ਜਾਓ, ਖੋਲ ਦੇ ਕੋਈ ਹੋਰ ਖੋਲੋ। ਘੱਟੋ ਘੱਟ ਨੀ ਇਹਦਾ ਹੈਗਾ ਆ 500 ਰੁਪਏ ਮੀਟਰ ਵਾਲਾ ਕੱਪੜਾ ਲੱਗਾ, ਨੀਚੇ 500 ਰੁਪਏ ਮੀਟਰ ਵਾਲਾ ਕੱਪੜਾ ਤੇ 7 ਮੀਟਰ ਕੱਪੜਾ ਲੱਗਾ ਆ ਪੂਰੀ ਫਰਾਕ ਨੂੰ। 500 ਰੁਪਏ ਮੀਟਰ ਵਾਲਾ ਕੱਪੜਾ, 7 ਮੀਟਰ ਕੱਪੜਾ ਲੱਗਾ ਆ ਪੂਰੀ ਡਰੈਸ ਤੇ, ਦੁਪੱਟਾ ਨਹੀਂ ਨਾਲ ਹੈਗਾ ਨਹੀਂ ਵੀ ਆਉਂਦੇ ਨਾ ਆਖੋ, ਚਾਰ ਕਲਰ ਇਹਨਾਂ ਨਾਲ ਦੁਪੱਟੇ ਨਹੀਂ ਆਉਂਦੇ, ਆ ਪਿਆ ਦੁਪੱਟਾ।
ਇਹ ਨਹੀਂ ਵੀ ਆਉਂਦੇ ਜਾਨੀ ਦੁਪੱਟਾ ਇਹਨਾਂ ਦਾ ਨਾਮ ਹੋਇਆ ਨਾਲ ਦੇ ਹੁੰਦਾ ਸਿੰਪਲ ਜਿਹਾ ਬਸ ਨਹੀਂ ਦੁਪੱਟਾ ਸੋਹਣਾ ਆ ਮੈਂ ਕਿਹਾ ਹਲਕੇ ਦੁਪੱਟਾ ਪੇਸਟਿੰਗ ਕਰਕੇ ਲੱਗੀ ਪੱਟੀ ਭਾਈ ਪ੍ਰਾਈਜ਼ ਹੋ ਲਿਆ ਨਿਮਲ ਆਪਣਾ ਭਾਜੀ 3444 ਭਾਈ 2500 ਦਾ 3500 ਦਾ ਕੱਪੜਾ ਲੱਗਾ ਆ ਕੱਪੜਾ ਹੀ ਲੱਗਾ ਭਾਜੀ 5750 ਭਾਜੀ ਸਟਿਚਿੰਗ ਫ੍ਰੀ ਤੁਸੀਂ ਕਿੰਨੇ ਲੈਣੇ ਆ 3444 3500 ਦਾ ਕੱਲਾ ਕੱਪੜਾ ਲੱਗਾ ਪਿਆ ਤੇ 3400 ਯਾਨੀ ਕੱਪੜੇ ਤੋਂ ਵੀ 50 ਰੁਪਏ 3444 ਰੁਪਏ ਦਾ ਪੀਸ ਮੁੱਲ ਦਿੰਦੇ ਪਏ ਆ ਇੱਕ ਕੱਲਾ ਤੁਹਾਡਾ ਕੀ ਰੇੜੇ ਦਾ ਇਹ ਵੀ 3400 ਦਾ 44 ਰੁਪਏ ਦਾ ਤੁਸੀਂ ਬੋਲੋ ਜੀ ਭਾਜੀ ਇਹਦੇ ਵਿੱਚੋਂ ਸਿੱਧੇ 450 ਰੁਪਏ ਹੋਰ ਘਟਾਤਾ ਇਹ ਰਹਿ ਗਿਆ 2999 ਭਾਈ ਨਹੀਂ ਮਿਲਨੇ ਤੁਹਾਡਾ 2999 ਚਲੋ ਜੀ ਹੋ ਗਿਆ ਬਸ ਕਰੀਏ ਆਇਆ ਮੇਰਾ ਸੁਪਰ ਹਿੱਟ ਡਿਜ਼ਾਈਨ ਇਹ ਮੇਰਾ ਸੁਪਰ ਹਿੱਟ ਡਿਜ਼ਾਈਨ ਆ ਮੇਰਾ ਮੈਨੂੰ ਆਪ ਨੂੰ ਇੰਨਾ ਸੋਹਣਾ ਲੱਗਦਾ ਨਾ ਇਹ ਮੇਰੀ ਦੁਕਾਨ ਦਾ ਜਾਨ ਆਈਟਮ ਆ ਜਾਨ ਇਹ ਨਾ ਹੋਵੇ ਤੇ ਦਿਲ ਨਹੀਂ ਲੱਗਦਾ ਇਹ ਆਰਟੀਕਲ ਖਤਮ ਹੁੰਦਾ ਤੇ ਸਾਡਾ ਆਪਣਾ ਦਿਲ ਨਹੀਂ ਲੱਗਦਾ ਤੇ ਹਰ ਕਸਟਮਰ ਦੇ ਵਿੱਚ ਜੋ ਦਾਜ ਭਰੀ ਬਣੀ ਹੁੰਦੀ ਆ ਇਹ ਪੀਸ ਵਿੱਚ ਐਡ ਹੁੰਦਾ ਹੀ ਹੁੰਦਾ ਏਦਾਂ ਹੈ ਭਾਜੀ ਬਿਲਕੁਲ ਭਾਜੀ ਪੂਰਾ ਫਰਾਕ ਬਣੀ ਹੈ ਪੂਰੀ ਕੱਪੜਾ ਨਵਾਂ ਆਇਆ ਸ਼ਮਾਈ ਦੇ ਉੱਪਰ ਭਾਜੀ ਫਰੰਟ ਤੇ ਵੀ ਡਿਜ਼ਾਈਨ ਆ ਤੇ ਬੈਕ ਤੇ ਵੀ ਡਿਜ਼ਾਈਨ ਆ ਭਾਜੀ ਬੈਕ ਤੇ ਪੂਰਾ ਸੋਹਣਾ ਡਿਜ਼ਾਈਨ ਆ ਬੈਕ ਦੇ ਘੇਰੇ ਦੇ ਵੀ ਪੂਰਾ ਵਰਕ ਗੋਟਾ ਪੱਤੀ ਦਾ ਬਾਜੂ ਵਰਕ ਤੇ ਕਲਰ ਦਵਾਂਗਾ ਭਾਜੀ ਆ ਪੂਰਾ ਲਹਿੰਗਾ ਹੈਵੀ ਭਾਜੀ ਪੂਰਾ ਹੈਵੀ ਲਹਿੰਗਾ ਪੂਰਾ ਹੈਵੀ ਲਹਿੰਗਾ ਤੇ ਆਹ ਦੇਖੋ ਮੈਨੂੰ ਵੀ ਦਿਖਾਓ ਭਾਈ ਏਦਾਂ ਦੇ ਦੁਪੱਟੇ ਤਾਂ ਭਾਈ ਅਨਸਿਲ ਸੂਟਾਂ ਦੇ ਨਾਲ ਹੁੰਦੇ ਆ ਜਿੱਦਾਂ ਅਸੀਂ ਰੈਡੀਮੇਡ ਚ ਤਿਆਰ ਕਰਾਈਦੇ ਆ ਰੈਡੀਮੇਡ ਵਿੱਚ ਪੂਰੇ ਦੁਪੱਟੇ ਤਿਆਰ ਕਰਾਈਦੇ ਆ ਵਿੱਕੀ ਭਾਈ ਮੁੰਡੇ ਵਿੱਕੀ ਭਾਈ ਉਹ ਪੇਟੀਆਂ ਪੁੱਟੀ ਸਾਡੇ ਰੱਖਿਆ ਪੂਰਾ ਭਾਜੀ ਇੱਕ ਕਲਰ ਮਾਲ ਚੱਲ ਆਇਆ ਵਿੱਕੀ ਰਹਿਣ ਦੇ ਵਿੱਕੀ ਆਇਆ ਇੱਕ ਕਲਰ ਚਲੋ ਇਹਦਾ ਵੀ ਚੈਲੰਜ ਆ ਜੇ ਕੋਈ ਕਸਟਮਰ ਆ ਵਾਲਾ ਕਲਰ ਆਪਣੇ ਘਰੋਂ ਕੱਢ ਦੇਵੇ ਇਹ ਇੱਦੇ ਫ੍ਰੀ ਦੇ ਦੇਣਾ ਵੀ ਚੱਲ ਠੀਕ ਆ ਇੱਦੇ ਫ੍ਰੀ ਚਲੋ ਜੇ ਤੁਸੀਂ ਸੂਟ ਦੇ ਵਿੱਚ ਜੇ ਆਹ ਆਰਟੀਕਲ ਆਪਣੇ ਸੂਟ ਦੇ ਵਿੱਚ ਰੰਗ ਕੱਢ ਦੂੰਗੇ ਇਹਦੇ ਵਿੱਚ ਨਹੀਂ ਕੋਈ ਇਹ ਪੀਸ ਰੈਡੀਮੇਡ ਬਣ ਕੇ ਆਉਂਦਾ ਕਈਆਂ ਕੋਲ ਹੋਣਾ ਇਹ ਵਾਲਾ ਪੀਸ ਜੇ ਤੁਹਾਡੇ ਘਰੋਂ ਸੂਟ ਵਿੱਚ ਨਿਕਲ ਜਾਵੇ ਸੂਟ ਚ ਭਾਜੀ ਸਹਿਜ ਹੀ ਨੀ ਮਾਣ ਕਾਰੀਗਰ ਗੁੱਸਾ ਕਰ ਗਿਆ ਏਡਾ ਵੱਡਾ ਪੂਰਾ ਬਣਾ ਦਿੱਤਾ ਪੂਰਾ ਜੇ ਤੁਹਾਡੇ ਕੋਲ ਆਹ ਵਾਲਾ ਕਲਰ ਸੂਟਾਂ ਵਿੱਚ ਨਿਕਲਿਆ ਵੇ ਤੇ ਆਹ ਵਾਲਾ ਆਰਟੀਕਲ ਫ੍ਰੀ ਦੇ ਦੇਣਾ ਫ੍ਰੀ ਏਦਾਂ ਜਾਣੀ ਬਾਈ ਦੇਣਾ ਵੀ ਪੈਣਾ ਆਪਾਂ ਨੂੰ ਭਾਜੀ ਆਸ਼ੂ ਦੀ ਹੱਟੀ ਹੈ ਤੇ ਦਿੰਦੇ ਆ ਭਾਜੀ ਆਹ ਵਾਲਾ ਆਰਟੀਕਲ ਸੇਮ ਨੀ ਆਹ ਵਾਲਾ ਰੰਗ ਤੁਹਾਨੂੰ ਸੇਮ ਮਿਲ ਜਾਵੇ ਰੰਗ ਸੂਟ ਦੇ ਵਿੱਚ ਸਲਵਾਰ ਸੂਟ ਦੇ ਵਿੱਚ ਪਲਾਜੋ ਸ਼ਰਾਰਾ ਗਰਾਰਾ ਜਿਹਦੇ ਵੀ ਮਰਜ਼ੀ ਤੇ ਮੇਰੇ ਵੱਲੋਂ ਆਹ ਵਾਲਾ ਪੀਸ ਗਿਫਟ ਆ ਇੱਕ ਰੰਗ ਦੋ ਰੰਗ ਤੇ ਤਿੰਨ ਰੰਗ ਤੇ ਪ੍ਰਾਈਸ ਬੋਲੋ ਭਾਜੀ ਦੁਪੱਟੇ ਦੇਖ ਕੇ ਭੁੱਖ ਲੈਂਦੀ ਆ 16,500 ਵਾਲਾ ਪੀਸ ਤੁਹਾਨੂੰ ਕਹਿ ਰਿਹਾ 9,999 ਚਲੋ ਭਾਜੀ ਕੱਲਾ ਕੰਮ ਦਾ ਮੁੱਲ ਲਿਆ ਕੱਪੜੇ ਦੇ ਪੈਸੇ ਨਹੀਂ ਲਏ ਨਹੀਂ ਲਏ ਕੱਪੜੇ ਪੈਸੇ ਨਹੀਂ ਲਏ ਇਹ ਪੀਸ ਥੱਲੇ ਰੱਖ ਲਈਓ ਬੁਲਬੁਲ ਦੇ ਬੱਚੇ ਜੀ ਹਾਏ
ਭਾਜੀ ਇੱਥੇ ਸਾੜੀ ਵੀ ਆਈ ਸੀਗੀ ਭਾਜੀ ਪੀਸ ਭਾਜੀ ਜਿਹਨੇ ਆ ਪੀਸ ਪਾ ਲਿਆ ਨਾ ਉਹਦੇ ਪੁੰਜੇ ਪੈਰ ਨੀ ਲੱਗਣੇ ਦੀਦੀ ਫੰਕਸ਼ਨ ਦੇਖ ਕੇ ਮੈਨੂੰ ਦੇ ਦੇ ਇੱਕ ਵਾਰੀ ਮੈਂ ਵੀ ਪਾਣਾ ਹੀ ਇਹਦਾ ਫੋਟੋਆਂ ਕਰਾਣੇ ਰੱਖ ਲੈਣਾ ਬਸ ਕਰੀਏ ਫੋਟੋਆਂ ਭਾਜੀ ਅਸਮਾਨ ਚੋ ਪਰੀਆਂ ਨੀ ਉਤਰੀਆਂ ਹੁੰਦੀਆਂ ਪਰੀਆਂ ਅਸਮਾਨ ਦੇ ਵਿੱਚੋਂ ਉਹ ਵਾਲਾ ਪੀਸ ਆ ਅਸਮਾਨ ਚੋ ਪਰੀਆਂ ਉਤਰੀਆਂ ਹੁੰਦੀਆਂ ਜੈਟ ਬਲੈਕ ਭਾਜੀ ਲੇਡੀ ਦਾ ਫੇਵਰੇਟ ਜੈਟ ਬਲੈਕ ਇਹਦੇ ਉੱਪਰ ਪੱਥਰ ਦਾ ਸੰਗੇ ਮਰਮਰ ਦਾ ਕੰਮ ਹੋਇਆ ਹੁੰਦਾ ਭਾਜੀ ਦੁਪੱਟਾ ਹੀ ਦੁਪੱਟਾ ਕੱਲਾ ਦੁਪੱਟਾ ਇਹਦਾ 5000 ਦਾ ਕੱਲਾ ਦੁਪੱਟਾ ਤਿਆਰ ਹੋਇਆ 5000 ਦਾ ਕੱਲਾ ਦੁਪੱਟਾ ਭਾਜੀ ਦਾ ਕਾਰਾਗਰੀ ਦੇਖੋ ਭਾਜੀ ਆਪ ਵਿੱਚ ਦੇਖੋ ਆ 5000 ਤੋਂ ਘੱਟ ਦੁਪੱਟਾ ਨੀ ਬਣ ਸਕਦਾ ਜੇ ਕੋਈ ਕਾਰੀਗਰ 5000 ਚ ਦੁਪੱਟਾ ਤਿਆਰ ਕਰ ਦੇਵੇ ਆਹ ਵਾਲਾ ਇੰਨਾ ਵਰਕ ਇੰਨਾ ਕੀ ਵਰਕ ਤੇ ਮੇਰੇ ਵੱਲੋਂ ਆਹ ਵਾਲਾ ਏਦੇ ਗਿਫਟ ਗਿਫਟ ਭਾਜੀ ਗਿਫਟ 5000 ਚ ਕੱਲਾ ਦੁਪੱਟਾ ਤਿਆਰ ਕਰ ਦੇਵੇ ਤੇ ਮੇਰੇ ਵੱਲੋਂ ਆਰਟੀਕਲ ਗਿਆ ਏਦੇ ਫ੍ਰੀ ਤੁਹਾਨੂੰ ਭਾਜੀ ਅੱਜ ਕਿਹਾ ਸੀ ਵੀ ਆਪਾਂ ਰੈਡੀਮੇਡ ਦਿਖਾਣੇ ਅੱਜ ਵੱਡੀਆਂ ਆਫਰਾਂ ਤੇ ਭਾਜੀ ਕਲਰ ਦੇਖੋ ਬਲੈਕ ਵੀ ਭਾਜੀ ਕਲਰ ਠਾਠਾਂ ਮਾਰਦੇ ਕਲਰ ਠਾਠਾਂ ਆ ਖੁਦ ਅੱਜ ਲਾਣੀਆਂ ਵੱਡੀਆਂ ਆਫਰਾਂ ਬਲੈਕ ਦੇ ਉੱਪਰ ਬਲੈਕ ਵਰਕ ਵਰਕ ਹੋਇਆ ਟਾਲੀਅਨ ਵਾਈਟ ਦੇ ਉੱਪਰ ਵਾਈਟ ਵਰਕ ਸ਼ਿਵਮ ਨਹੀਂ 12 ਸਾਲ ਦੇ ਵਿੱਚ ਨਹੀਂ ਹੁੰਦਾ ਉੱਪਰ ਮੈਨੇ ਗਿੜੀ ਮਾਰਿਆ ਜੇ ਚੱਲਦੇ ਬੰਦ ਕਰਾਇਆ ਇੱਕ ਤੇ ਦੋ ਸੰਗੇ ਮਰਮਰ ਦਾ ਕੰਮ ਹੋਇਆ ਸੰਗੇ ਮਰਮਰ ਦਾ ਕਹਿੰਦੇ ਪੱਥਰ ਦਾ ਵਰਕ ਹੋਇਆ ਉਹ ਵਰਕ ਆ ਅਟਾਲੀਅਨ ਵਰਕ ਭਾਜੀ ਵਾਕਈ ਭੁੱਖ ਲੈਂਦੀ ਆ ਤੇ ਪ੍ਰਾਈਜ਼ ਘੱਟੋ ਘੱਟ ਨਹੀਂ ਇਹਦਾ ਹੋਣਾ ਚਾਹੀਦਾ 30-35 ਹਜ਼ਾਰ ਰੁਪਇਆ ਸਵਾਲ ਹੀ ਨੀ ਪੈਂਦਾ ਭਾਜੀ ਟੋਟਲ ਦਾ ਹੈਂਡ ਵਰਕ ਆ ਟੋਟਲ ਦਾ ਹੈਂਡ ਵਰਕ ਆ 10000 ਜਗ੍ਹਾ ਕਰਾਈਓ ਸਦ ਕੇ ਜਾਈਏ ਡਬਲ ਏ ਵਾਲਿਆਂ ਦੀ ਭਾਜੀ ਇਸ ਤੋਂ ਵੱਡੀਆਂ ਆਫਰਾਂ ਨਾ ਮਿਲਣੀਆਂ 25-26 ਹਜ਼ਾਰ ਰੁਪਇਆ ਲਹਿੰਗਾ ਇੰਨੇ ਦਾ ਮਿਲਣਾ ਨੀ ਕਦੇ ਅਸੀਂ 10000 ਦੇ ਇੱਟੇ ਬੇਟੇ ਦਿੰਦੇ ਪਏ ਆ ਆਸ਼ੂ ਦੀ ਹੱਟੀ ਬੰਗਾ ਰੋਡ ਜੀ ਚਲੋ ਜੀ ਜੀ ਉਹ ਸੀਗੇ ਨਾਲ ਕਈਆਂ ਥੱਲੇ ਖੜੀ ਸੀ ਉਹ ਥੱਲੇ ਉਹ ਥੱਲੇ ਦੋ ਤਿੰਨ ਸਹੀ ਦੱਸੋ ਕਮੈਂਟ ਚ ਤੁਹਾਨੂੰ ਆਹ ਵਾਲਾ ਆਰਟੀਕਲ ਕਿੱਦਾਂ ਲੱਗਾ ਹੈ ਦਣ ਬਈ ਇਹਦੇ ਵਿੱਚ 10-15 ਹਜ਼ਾਰ ਦੀ ਰੇਂਜ ਵੀ ਪੀਸ ਪਿਆ ਮੇਰੇ ਕੋਲ ਕਲਰ ਦੇਖੋ ਨੀਚੇ ਵਾਲਾ ਕਿੰਨਾ ਸੋਹਣਾ ਭਾਜੀ ਤੁਹਾਨੂੰ ਆਰਟੀਕਲ ਆਹ ਵਾਲਾ ਕਿੱਦਾਂ ਲੱਗਾ ਸਹੀ ਦੱਸਿਓ ਕਮੈਂਟਾਂ ਵਿੱਚ ਸਹੀ ਦੱਸਾਂ ਆਹ ਵਾਲਾ ਆਰਟੀਕਲ ਮੈਨੂੰ ਢਿੱਲਾ ਲੱਗਾ ਮੈਨੂੰ ਪਸੰਦ ਨਹੀਂ ਆਇਆ ਉੱਠਿਆ ਨੀ ਬਹੁਤ ਹੀ ਮਿੰਟ ਨੀ ਲੈਣਾ ਲੈ ਲਗੇ ਮਿੰਟ
ਇੱਕ ਮਿੰਟ ਵਿੱਚ ਵੱਧ ਗਿਆ ਤੁਹਾਨੂੰ ਵੀ ਸਕੂਲੇ ਦੇਰ ਆ ਲੱਗਦਾ ਪੈਕ ਕਰ ਦਿਓ ਏਦਾਂ ਦੇ ਸਲੂਫੇ ਬਹੁਤ ਘੱਟ ਮਿਲਦੇ ਆ ਬਹੁਤ ਹੀ ਘੱਟ ਭਾਜੀ ਕਲਰ ਨੀ ਦੇਖਣ ਨੂੰ ਮਿਲਦੇ ਭਾਜੀ ਬਿਊਟੀਫੁਲ ਥੈਂਕ ਯੂ 5555 ਆ ਫਲਾਵਰ ਬਣਿਆ ਨਾ ਆਹ ਲਾ ਫਲਾਵਰ ਬੜੀ ਮਿਹਨਤ ਆਉਂਦੀ ਆ ਚੀਜ਼ਾਂ ਬਣਾਉਣ ਤੇ ਮਿਹਨਤ ਦਾ ਕੰਮ ਆ ਜੀ ਮਿਹਨਤ ਆ ਤੇ ਪ੍ਰਾਈਜ ਕੁਛ ਵੀ ਨੀ ਦਿੱਤੀ ਕਿੰਨਾ ਰੇਟ ਬਾਈ 5555 ਆਓ ਤੁਸੀਂ ਇਧਰ ਭਾਜੀ ਸਾਰਾ ਹੀ ਕੰਮ ਬਰੀਕੀ ਵਾਲਾ ਆ ਟੋਪ ਪ੍ਰਾਈਜ ਪ੍ਰਾਈਜ਼ ਵੀ ਦਿਖਾਣੇ ਆ ਜੀ ਆ ਬੈਕ ਵੀ ਦਿਖਾਓ ਰੇਟ ਹੈਗਾ ਜੀ ਭਾਜੀ 8777 ਇਹ ਦੁਪੱਟੇ ਤੋਂ ਬਿਨਾ ਆਂਦਾ ਜੀ ਦੁਪੱਟੇ ਤੋਂ ਬਿਨਾ ਨਾਲ ਆ ਦੇਖ ਲਓ ਭਾਜੀ ਜਿਹੜਾ ਲਹਿੰਗੇ ਦੇ ਬਾਰਡਰ ਦੇ ਕੰਮ ਹੋਇਆ ਹੋਇਆ ਕਿ ਨਹੀਂ ਦੁਪੱਟੇ ਦੇ ਕੰਮ ਹੋਇਆ ਪੱਟੀਆਂ ਲੱਗੀਆਂ ਕੰਮ ਹੋਇਆ ਆ ਪ੍ਰਾਈਜ਼ ਬੋਲੋ 8777 ਜੀ 8777 ਅਜੀ ਘੱਟੋ ਘੱਟ ਨੀ 25,000 ਤੋਂ ਘੱਟ ਨਹੀਂ ਮਿਲ ਸਕਦਾ ਕਿਤੇ ਸੋਚ ਵੀ ਨਹੀਂ ਸਕਦਾ ਭਾਜੀ ਕੋਈ ਤੁਸੀਂ ਕਿੰਨੇ ਦਿੰਦੇ ਪਏ 8777 9,000 ਦੇ ਆਈ ਸ਼ਾਬਾਸ਼ ਦੇ ਦੇ ਗੇੜਾ ਨੀ ਦੇ ਦੇ ਗੇੜਾ ਏਦਾਂ ਸਿੰਪਲ ਭਾਈ ਨੇ ਐਂਡ ਕਰਾਤੀ ਅੱਜ ਮੈਂ ਕਿਹਾ ਭਾਜੀ ਸੋਚ ਤੋਂ ਬਾਹਰੇ ਰੇਟ ਦੇਣੇ ਅੱਜ ਭਾਜੀ 10,000 ਦੇ ਏਟੇ ਬੇਟੇ ਕਿੰਨਾ ਕਹਿੰਦੇ ਨੀ 8700 9,000 ਦੇ ਏਟੇ ਬੇਟੇ ਚਲੋ ਪਹਿਲਾ ਪੀਸ ਆਇਆ ਸੀਗਾ ਓਹਦਾ ਰੇਟ ਸੀਗਾ 16,399 ਤੇ ਅੱਜ ਨਵਾਂ ਰੇਟ ਨਿਕਲਿਆ ਨਵੇਂ ਪ੍ਰਾਈਜ਼ਾਂ ਦੇ ਨਾਲ ਮਗਰ ਉਹਨੇ ਪਾਈ ਹੈ ਸਾੜੀ ਠੀਕ ਹੈ ਜੀ ਉਹੀ ਪ੍ਰਿੰਟਿੰਗ ਦਾ ਆਪਾਂ ਕਰਾਇਆ ਲਹਿੰਗਾ ਤਿਆਰ ਪ੍ਰਿੰਟਿੰਗ ਆ ਰਿਹਾ ਵਾ ਉਹਨੇ ਲਾਈ ਹੈ ਸਾੜੀ ਆਪਾਂ ਲਾਉਂਦੇ ਰਹੇ ਉਸੇ ਮਟੀਰੀਅਲ ਦੇ ਵਿੱਚ ਲਹਿੰਗਾ ਚੈੱਕ ਕਰ ਲਓ ਪ੍ਰਿੰਟ ਸੇਮ ਆ ਮਟੀਰੀਅਲ ਵੀ ਸੇਮ ਆ ਉਹਨੇ ਪਾਇਆ ਵਾ ਲਹਿੰਗਾ ਟੋਪ ਆਪਾਂ ਇੱਥੇ ਨਾਲ ਤੁਹਾਨੂੰ ਲਹਿੰਗਾ ਹੁਣ ਬਾਈ ਸਾੜੀ ਆ ਚੈੱਕ ਕਰੋ ਆ ਦੁਪੱਟਾ ਚੈੱਕ ਕਰੋ ਨਾਲ ਸੇਮ ਟੂ ਸੇਮ ਦੁਪੱਟੇ ਝੂੰਬਰ ਲੈਸ ਲੱਗੀ ਆ ਬੜਾ ਹੀ ਪਿਆਰਾ ਪੀਸ ਭਾਈ ਪ੍ਰਾਈਜ਼ ਪ੍ਰਾਈਜ਼ ਬੋਲੋ ਪਹਿਲਾਂ ਆਇਆ ਜੀ 16,390 ਦੇ ਵਿੱਚ ਹੁਣ ਵੀ ਉਹੀ ਰੇਟ ਆ ਲੱਕੀ ਨੰਬਰ 4 ਚੋਕੇ ਜਾਣੀ 4,500 ਰੁਪਏ ਲਾ ਲਾ 4,500 ਕਿਤੇ ਮਿਲ ਜੂ ਵੀ ਸਾਲਾ ਮਿਲਣਾ ਤੇ ਕਿਤੇ ਵੀ ਨੀ ਮਿਲਣਾ ਆਜੋ 44 ਰੁਪਏ ਭਾਜੀ ਦੇਖੋ ਧੰਨ ਧੰਨ ਕਰਾਈ ਹੋਈ ਆ ਧੰਨ ਧੰਨ ਪ੍ਰਾਈਜ਼ ਬੋਲੋ ਪ੍ਰਾਈਜ਼ ਹੈਗਾ ਭਾਜੀ 7,788 ਚਲੋ 7,788 ਇੱਧਰ ਦੇਖੋ ਬਿਊਟੀਫੁਲ ਕਲੈਕਸ਼ਨ ਇਹਦੇ ਵਿੱਚ ਮੇਰੇ ਕੋਲ ਪੈਂਪਲਮ ਵੀ ਆਉਂਦਾ ਵਾ ਪੈਂਪਲਮ ਹੈਗਾ ਸ਼ੋਰਟ ਫਲੋਕ ਜੀ ਆਉਂਦੀ ਨਾਲ ਐਤਕੀ ਆ ਗਿਆ ਲਹਿੰਗੇ ਨਾਲ ਇਹਦਾ ਆਰਡਰ ਮਾਰ ਦਿਓ
ਭੇਜੋ ਜਿੰਨੇ ਵੀ ਓਏ 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 ਵਾਹ ਜੀ ਵਾਹ ਭਾਈ ਭਾਈ ਬੋਲੋ ਭਾਜੀ ਲੱਕੀ ਨੰਬਰ 4 6 ਹੈ ਸ਼ਾਬਾਸ਼ ਸ਼ਿਆਰ ਸੋ ਸ਼ਿਆਰ ਨਹੀਂ ਲੱਭਣੇ ਨਹੀਂ ਲੱਭਣੇ ਬੀਬਾ ਨਹੀਂ ਲੱਭਣੇ ਚਲੋ ਸੱਦ ਕੇ ਜਾਈਏ ਡਬਲੇ ਵਾਲਿਆਂ ਦੀ ਟੋਪ ਸ਼ੋਲਡਰ ਭਾਈ ਬਹੁਤ ਪਿਆਰਾ ਪੀਜ਼ਾ ਬਹੁਤ ਪਿਆਰਾ ਚਲੋ ਪ੍ਰਿੰਟਰ ਸਾਡਨ ਨੇ ਪਰ ਦੂਜਾ ਵੀ ਖੋਲਿਓ ਦੁਪੱਟੇ ਦੇ ਪੱਟੀਆਂ ਲੱਗੀਆਂ ਵਰਕ ਕੀਤਾ ਵਰਕ 42 ਬਲੈਕ ਚਮ ਚਮਾਉਂਦਾ ਪੀਸ ਅੱਛਾ ਤੁਹਾਨੂੰ ਦੋਨਾਂ ਚ ਦੱਸੋ ਕਿਹੜਾ ਆਰਟੀਕਲ ਪਸੰਦ ਆਇਆ ਇੱਕ ਨੰਬਰ ਤੇ ਦੋ ਨੰਬਰ ਕਮੈਂਟ ਚ ਦੱਸਿਓ ਤੇ ਕਿਹਨਾਂ ਕਿਹਨਾਂ ਨੇ ਵੀਡੀਓ ਸ਼ੇਅਰ ਕੀਤੀ ਹਾਲੇ ਤੱਕ ਦੱਸ ਦਿਓ ਮਾੜੇ ਕਮੈਂਟਾਂ ਵਿੱਚ ਦੂਜਾ ਕਲਰ ਫਸਟ ਸੈਕਿੰਡ ਇੱਕ ਯੂਜ ਦੱਸ ਦਿਓ ਕਮੈਂਟਾਂ ਚ ਤੁਹਾਨੂੰ ਜਿਹੜਾ ਕਿਹੜਾ ਤੁਹਾਨੂੰ ਜ਼ਿਆਦਾ ਸੋਹਣਾ ਲੱਗਾ ਭਾਈ ਅਜੇ ਕੁਰਸੀ ਲਾਈਓ ਨਾਲ ਭਾਈ ਵੀ ਸੁਣਿਆ ਬਹੁਤ ਸੋਹਣਾ ਮਟੀਰੀਅਲ ਬੜਾ ਸੋਹਣਾ ਭਾਈ ਰੇਟ ਬੋਲੋ ਭਾਜੀ 3777 3777 ਭਾਜੀ ਕਮਾਲ ਕਰੀ ਜਾਂਦੇ ਆ ਘੱਟੋ ਘੱਟ ਨੀ ਕੱਪੜਾ ਹੀ ਕੱਪੜਾ ਇੱਕ ਨੰਬਰ ਭਾਜੀ ਕੱਪੜਾ ਇਹ ਬਹੁਤ ਮਹਿੰਗਾ ਆ 600-700 ਰੁਪਏ ਮੀਟਰ ਵਾਲਾ ਪਿਓਰ ਸਾਟਨ ਦੇ ਉੱਪਰ ਜਾਬਾਡੀਨ ਸੜਕ ਨੀ ਸਾਟਨ ਆਉਂਦੀ ਉਹ ਵਾਲਾ ਕੱਪੜਾ ਲੱਗਾ ਸਾਟਨ ਦੇ ਉੱਪਰ ਏਦਾਂ ਦੇ ਆਰਟੀਕਲ ਮਿਲਣੇ ਹੀ ਨੀਗੇ 600-700 ਰੁਪਏ ਮੀਟਰ ਵਾਲਾ ਕੱਪੜਾ ਲੱਗਾ ਆ ਇਹਨੂੰ ਲੱਗਦਾ 4 ਮੀਟਰ ਲਹਿੰਗੇ ਇਹਨੂੰ 700 ਰੁਪਏ ਹਿਸਾਬ ਨਾਲ ਚਲੋ 600 ਹਿਸਾਬ ਨਾਲ 2400 ਰੁਪਏ ਦਾ ਇਕੱਲਾ ਕੱਪੜਾ ਕੱਪੜਾ ਲੱਗਾ ਲਹਿੰਗੇ ਦਾ ਫਿਰ ਆਵਲਾ ਡੈਮ ਮਟੀਰੀਅਲ ਆਉਂਦਾ 1000 ਰੁਪਏ ਮੀਟਰ ਘੱਟ ਨੀ ਮਿਲਦਾ ਇਹਨੂੰ ਲੱਗਾ ਮੀਟਰ ਲੱਗਾ ਕੀ ਹੋਣਾ ਭਾਜੀ ਮੀਟਰ ਦੇ ਉੱਤੇ ਲੱਗਾ ਦੁਪੱਟੇ ਨੂੰ ਵੀ ਲੱਗਾ ਨਾਲ ਦੁਪੱਟੇ ਦੇ ਵੀ ਲੱਗਾ ਨਾਲ 2 ਮੀਟਰ 1.5 ਮੀਟਰ ਲਾ ਲੋ ਵਿੱਚ ਦੁਪੱਟਾ ਦੇ ਉਹ ਮੀਟਰ ਲੱਗ ਜਾਂਦਾ ਭਾਜੀ ਦੁਪੱਟੇ ਨੂੰ ਵੀ 1500 ਦਾ ਇਕੱਲਾ ਆਹੀ ਮਟੀਰੀਅਲ ਜਿਹੜਾ ਟੋਪ ਦਾ ਤਿਆਰ ਹੋਇਆ 1500 ਤੇ 2400 ਇੰਨਾ ਹੋ ਗਿਆ ਤੁਹਾਨੂੰ ਮੈਂ ਭਾਈ ਦੱਸਿਆ ਜੀ ਸਟਿਚਿੰਗ ਕਰਤੀ ਫ੍ਰੀ 4000 ਦਾ ਇਕੱਲਾ ਮਟੀਰੀਅਲ ਲੱਗਾ ਆ ਜੇ ਆਪਾਂ ਸਿਲਾਈ ਦੇ ਪੈਸੇ ਭਾਜੀ ਵਿੱਚ ਪਾ ਦਈਏ ਹਾਂਜੀ ਇਹਦਾ ਰੇਟ ਘੱਟੋ ਘੱਟ 6-7-8 ਹਜ਼ਾਰ ਰੁਪਏ ਚੱਲ ਜਾਣਾ ਭਾਜੀ ਚੱਲ ਜਾਣਾ ਤੇ ਆਹੀ ਇਹਨੂੰ ਕਹਿੰਦੇ ਆਸ਼ੂ ਦੀ ਹੱਟੀ ਭਾਜੀ ਇੱਥੇ ਇੱਕ ਚੀਜ਼ ਦੇ ਪੈਸੇ ਲੈ ਜਾਂਦੇ ਇੱਕ ਚੀਜ਼ ਫ੍ਰੀ ਕਿੰਨੇ ਦੋਗੇ ਸਿਰਫ 3777 ਭਾਜੀ ਨਹੀਂ ਲੱਭਣਾ ਕਿਤੋਂ ਵੀ ਟਰਾਈਆਂ ਕਰਨ ਦਾ ਫਾਇਦਾ ਹੀ ਨਹੀਂ ਚਲੋ ਅੱਗੇ ਇਹੀ ਤਾਈਓ ਕਹਿੰਦੇ ਰੈਡੀਮੇਡ ਦੀ ਦੁਨੀਆ ਰੈਡੀਮੇਡ ਦਾ ਹੱਬ ਆਸ਼ੂ ਦੀ ਹੱਟੀ ਪੰਗਾ ਰੋਡ ਤੇ ਆਇਆ ਲਹਿੰਗਾ ਜੈਪੁਰ ਤੋਂ ਵੀ ਸਸਤਾ ਜੈਪੁਰੀ ਲਹਿੰਗਾ ਜੈਪੁਰ ਤੋਂ ਵੀ ਸਸਤਾ ਪਿਓਰ ਸਲਵਰੀ ਆਈ ਭਾਜੀ ਟੌਪ ਪਿਓਰ ਆ ਭਾਜੀ ਫੁੱਲ ਪਿਓਰ ਜਿੱਥੇ ਆ ਗਏ ਹੋਏ ਨਾ ਕੱਪੜੇ ਦਾ ਆਏ ਭਾਜੀ ਇੱਧਰ ਆ ਕਰਾਈਏ ਧੰਨ ਭਾਜੀ ਧੰਨ ਵਾਕਈ ਧੰਨ ਡੋਲਾ ਕਹਿੰਦੇ ਭਾਜੀ ਡੋਲਾ ਇਹ ਬਾਕੀ ਧੰਨ ਕਰਾਈ ਪਈ ਬਈ ਭਾਈ ਬਾਕੀ ਆ ਦੁਪੱਟਾ ਚੈੱਕ ਕਰਿਓ ਦੁਪੱਟਾ ਕਿੰਨਾ ਅਲਟੀਮੇਟ ਦੁਪੱਟਾ
ਭਾਜੀ ਦੁਪੱਟਾ ਹੋਊਗਾ 2500 ਰੁਪਏ ਦਾ। 2500 ਦਾ ਕੱਲਾ ਦੁਪੱਟੇ ਦੁਪੱਟਾ ਬਣਿਆ, ਗਰੰਟੀ ਆ ਜੀ। 2500 ਦਾ ਕੱਲਾ ਦੁਪੱਟੇ ਦੁਪੱਟਾ ਆ। ਦੇਖੋ ਦੁਪੱਟਾ ਕਿੰਨਾ ਸ਼ਾਨਦਾਰ ਆ। ਇਹ ਦੁਪੱਟਾ ਤੁਹਾਡੇ ਕਈ ਸੂਟਾਂ ਨਾਲ ਵੀ ਚੱਲ ਸਕਦਾ, ਕਈ ਸੂਟਾਂ ਦੇ ਨਾਲ। ਇਹ ਦੁਪੱਟਾ ਏਡਾ ਕਈ ਸੂਟਾਂ ਨਾਲ ਚੱਲਦਾ, ਕਈ ਸੂਟਾਂ ਦੇ ਨਾਲ। ਟੋਟਲ ਹੈਂਡਵਰਕ ਦਾ ਪੂਰਾ ਹੈਵੀ ਪੀਸ। ਉਹ ਲਾ ਦਿਓ ਆ ਕੁੜਤੀ ਤੇ ਆ ਆ ਗਿਆ ਲਹਿੰਗਾ। ਭਾਈ ਪ੍ਰਾਈਜ਼ ਬੋਲ ਦਿਓ ਇੱਕ ਵਾਰੀ। ਦੁਪੱਟਾ ਦੇ ਕੇ ਮਨ ਖੁਸ਼ ਹੋਇਆ ਪੂਰਾ, ਤੇ ਆ ਲਹਿੰਗਾ ਦੇ ਕੇ ਮਨ ਬਾਗੋ ਬਾਗ ਹੋ ਗਿਆ। ਮਨ ਬਾਗੋ ਬਾਗ, ਮਨ ਬਾਗੋ ਬਾਗ ਆ ਦੁਪੱਟਾ ਨਾਲ। ਚਲੋ ਆਦਾ ਸਾਡੇ ਕੋ ਬੇਇਤਿਹਾਸ਼ਾ ਓਪਨਿੰਗ ਆਰਡਰ ਆ। ਬਲੈਕ, ਰੋਏ ਬਲੂ, ਮੋਰ ਪੰਖੀਆ, ਮਜੈਂਟਾ, ਭਾਈ ਕਿਹੜੇ ਕਿਹੜੇ ਕਲਰ ਆਂਦੇ ਇੱਥੇ ਬਤਾ ਬਈ। ਇੱਕ ਬਲੈਕ, ਰੋਏ ਬਲੂ ਵੀ ਆਂਦਾ, ਤਿੰਨੇ ਕਲਰ ਆਉਂਦੇ ਆ, ਆਉਂਦੇ ਹੀ ਰਹਿੰਦੇ ਆ। ਆਸ਼ੋ ਦੀ ਹੱਟੀ, ਬੰਗਾ ਰੋਡ, ਫਗਵਾੜਾ। ਧੰਨਵਾਦ ਜੀ।